ਸਤਨਾਮ ਸ੍ਰੀ ਵਾਹਿਗੁਰੂ ਸੋਈ ਕਰਾਏ ਜੋ ਤੁਧ ਪਾਵੈ ਮੋਹੇ ਸਿਆਣਪ ਕਛੂ ਨਾ ਆਵੈ ਹਮ ਬਾਰਕ ਤਉ ਸਰਨਾਈ ਪ੍ਰਭ ਆਪੇ ਪੈ ਜਿਰਖਾਈ ਮੇਰਾ ਮਾਤ ਪਿਤਾ ਹਰ ਰਾਇਆ ਕਰ ਕਿਰਪਾ ਪ੍ਰਿਤ ਪਾਲਣ ਲਾਗਾ ਕਰੀ ਤੇਰਾ ਕਰਾਇਆ ਰਹਾਉ ਜੀ ਜੰਤ ਤੇਰੇ ਤਾਰੇ ਪ੍ਰਭ ਡੋਰੇ ਹੱਥ ਤੁਮਾਰੇ ਜੇ ਕਰਾਵੈ ਸੋ ਕਰਨਾ ਕਦਾਸ ਤੇਰੀ ਸਰਨਾ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਦੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਦੀ ਗੁਰ ਤੋਂ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਐਸੇ ਗੁਰ ਤੋਂ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੇ ਜੀ ਆਪ ਮੁਕਤ ਮੋਹਿ ਤਾਰੇ ਜੀ ਆਪ ਮੁਕਤ ਮੋਹਿ ਤਾਰੇ ਜੀ ਆਪ ਮੁਕਤ ਮੋਹਿ ਤਾਰੇ ਆਪ ਮੁਕਤ ਮੋਹਿ ਤਾਰੇ ਜੀ ਤਾਰੇ ਜੀ ਆਪ ਮੁਕਤ ਮੋਹੇ ਆਪ ਮੁਕਤ ਮੋਹ ਤਾਰੇ ਜੀ ਆਪ ਮੁਕਤ ਮੋਹੇ ਤਾਰੇ
ਨਾਨਕ ਸੰਤਨ ਰਸ ਆਈ ਹੈ। ਜਿਉਂ ਚਾਖ ਗੁੰਗਾ ਮੁਸਕਾਰੈ, ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ ਜੀ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੇ। ਐਸੇ ਗੁਰ ਕੋ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ ਜੀ। ਬਲਿਹਾਰੀ ਗੁਰ ਆਪਣੇ ਦਿਵਹਾਣੀ, ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨ ਲਾਗੀ ਵਾਰ। ਤੇਗ ਬਹਾਦਰ ਸਿਮਰੀਐ, ਤੇਗ ਬਹਾਦਰ ਸਿਮਰੀਐ, ਕਰ ਨਾਉ ਨਿਤ ਆਵੈ ਧਾਰੇ। ਏਕ ਬਹਾਦਰ ਸਿਮਰੀਐ, ਏਕ ਬਹਾਦਰ ਸਿਮਰੀਐ, ਕਰ ਨਾਉ ਨਿਤ ਆਵੈ ਧਾਰੇ। ਏਕ ਬਹਾਦਰ ਸਿਮਰੀਐ, ਗੁਰ ਤੇਗ ਬਹਾਦਰ ਸਿਮਰੀਐ, ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ, ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਦੁਨੀਆ ਦੇ ਕੰਮਾਂ ਕਾਰਾਂ ਨੂੰ ਪਿੱਛਾ ਛੱਡ ਕੇ ਜਿਸ ਕੰਮ ਵਾਸਤੇ ਮਨੁੱਖਾ ਜਨਮ ਮਿਲਿਆ ਹੈ, ਉਸ ਫਰਜ਼ ਨੂੰ ਪਛਾਣਦੇ ਹੋਏ ਦੂਰੋਂ ਨੇੜਿਓਂ ਚੱਲ ਕੇ ਸਰਵਰੇ ਕੈਨਾਤ ਵਾਲੀਏ ਦੋ ਜਹਾਨ
ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਬਿਰਾਜਮਾਨ ਸਤਿਗੁਰੂ ਕਿਰਪਾ ਦੇ ਸਾਗਰ ਦਇਆ ਦੇ ਦਾਤੇ ਧਾਰਮਿਕ ਗ੍ਰੰਥਾਂ ਦੇ ਸਵਾਮੀ ਦਸ ਪਾਤਸ਼ਾਹੀ ਦੀ ਆਤਮਿਕ ਜੋਤ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਹਾਜਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਬਾਣੀ ਕੇ ਬੋਹਿਤ ਗੁਰੂਆਂ ਦਾ ਗੁਰੂ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਅਲਾਹੀ ਬਾਣੀ ਧੁਰ ਕੀ ਬਾਣੀ ਖਸਮ ਕੀ ਬਾਣੀ ਗੋਬਿੰਦ ਕੀ ਬਾਣੀ ਸੱਚੀ ਬਾਣੀ ਦਾ ਹਰੀ ਜਸ ਕੀਰਤਨ ਸਰਵਣ ਕਰਕੇ ਆਪਣੇ ਜੀਵਨ ਦੀਆਂ ਘੜੀਆਂ ਨੂੰ ਅਮੋਲਕ ਬਣਾ ਰਹੇ ਹੋ। ਬਾਕੀ ਜੋ ਸਮਾਂ ਰਹਿ ਗਿਆ ਹੈ ਉਹਨੂੰ ਵੀ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ, ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ੈ ਕੋ ਦ੍ਰਿੜੈ ਤਿਸਕਾ ਹੋਏ ਉਧਾਰ। ਆਪਾਂ ਹਰੀ ਜਸ ਕੀਰਤਨ ਵਿਚਾਰਾਂ ਕਰਕੇ ਅਤੇ ਸੁਣ ਕੇ ਆਪਣੇ ਸਮੇਂ ਨੂੰ ਅਤੇ ਸਵਾਸਾਂ ਨੂੰ ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਨਗਰ ਜਲਵਾਣਾ ਅਥਵਾ ਇਲਾਕਾ ਨਿਵਾਸੀ ਸੰਗਤਾਂ ਨੂੰ ਐਤਕੀ ਤਿੰਨ ਦੀਵਾਨ ਮਿਲੇ ਸਨ। ਅੱਜ ਤੀਜਾ ਦੀਵਾਨ, ਭਾਵ ਕਿ ਅੱਜ ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਦਿਨ ਦੇ ਦੀਵਾਨ ਇੱਥੇ ਚੱਲਦੇ, ਰਾਤ ਦੇ ਰੱਤਾ ਖੇੜਾ, ਇਹ ਗੁੱਲੇ ਚੀਕੇ ਦੇ ਨੇੜੇ ਰੱਤਾ ਖੇੜਾ, ਉੱਥੇ ਅੱਜ ਰਾਤ ਦਾ ਦੂਸਰਾ ਦੀਵਾਨ। ਪਰਸੋਂ ਤੋਂ ਫਿਰ ਬੋਹੜ ਸ਼ਾਮ ਨਗਰ, ਉੱਥੇ ਦੀਵਾਨ ਸ਼ੁਰੂ ਹੋ ਜਾਣਗੇ। ਦਿਨ ਦੇ ਆਪਣੇ ਨੇੜੇ ਬਾਂਸਾ ਨਗਰ ਹੈ, ਉੱਥੇ 2-3-4 ਅਪ੍ਰੈਲ ਸ਼ਾਮ ਦੇ ਦੀਵਾਨ ਨੇ 7-10 ਵਜੇ ਤੱਕ। ਇਸ ਪੰਡਾਲ ਦਾ ਅਖੀਰਲਾ ਦੀਵਾਨ ਹੈ। ਤਿੰਨ ਦਿਨਾਂ ਤੋਂ ਗੁਰੂ ਕੇ ਲੰਗਰ, ਭਾਵੇਂ ਇੱਥੇ ਲੰਗਰ ਸਦਾ ਹੀ ਚੱਲਦੇ ਰਹਿੰਦੇ ਨੇ, ਸਤਿਕਾਰਯੋਗ ਬਾਬਾ ਸੁੱਖਾ ਸਿੰਘ ਜੀ ਕਰਨਾਲ ਵਾਲੇ, ਉਹਨਾਂ ਦੀ ਇੱਥੇ ਸੇਵਾ ਚੱਲਦੀ ਹੈ, ਕਾਰ ਸੇਵਾ।
ਜਿਹੜੇ ਗੁਰੂ ਘਰ ਦੇ ਕਾਰਜਾਂ ਵਾਸਤੇ ਯਤਨਸ਼ੀਲ ਰਹਿੰਦੇ ਨੇ, ਕਮਰ ਕੱਸਾ ਕਰੀ ਰੱਖਦੇ ਨੇ, ਇੱਥੇ ਲੰਗਰ ਚੱਲਦੇ ਰਹਿੰਦੇ ਨੇ, ਸੇਵਾ ਚੱਲਦੀ ਹੈ। ਵੈਸੇ ਇਸ ਗੁਰੂ ਘਰ ਦਾ ਨਾਮ ਛਾਉਣਾ ਸਾਹਿਬ ਹੈ। ਛਾਉਣਾ ਵੈਸੇ ਛਾਉਣੀ ਹੁੰਦੀ ਹੈ, ਨਿਹੰਗ ਸਿੰਘਾਂ ਦਾ ਹਰ ਇੱਕ ਬੋਲਬੱਲਾ ਚੜ੍ਹਦੀ ਕਲਾ ਵਾਲਾ ਹੁੰਦਾ ਹੈ। ਉਹ ਰਾਗੀ ਸਿੰਘ ਨਹੀਂ, ਰਾਗਾ ਸਿੰਘ ਕਹਿੰਦੇ ਨੇ। ਥੋੜ੍ਹੇ ਨੂੰ ਸਵਾਇਆ ਚੜ੍ਹਦੀ ਕਲਾ ਦਾ ਬੋਲਾ ਹੁੰਦਾ ਉਹਨਾਂ ਦਾ। ਇਹ ਉਹ ਜਿਹੜੇ ਸ਼ਹੀਦ ਸਿੰਘ ਹੋਏ ਸੀ ਨਿਹੰਗ ਸਿੰਘ, ਉਹਨਾਂ ਦੀ ਯਾਦ ਵਿੱਚ ਇਹ ਸਥਾਨ ਬਣਿਆ ਹੋਇਆ ਛਾਉਣਾ ਸਾਹਿਬ। ਤਿੰਨ ਦਿਨਾਂ ਤੋਂ ਲੰਗਰ ਚੱਲ ਰਹੇ ਨੇ, ਕਥਾ ਕੀਰਤਨ ਦਾ ਪ੍ਰਵਾਹ ਚੱਲ ਰਿਹਾ ਹੈ। ਕੁਝ ਸੰਗਤਾਂ ਦੇ ਅੰਮ੍ਰਿਤ ਛਕਣ ਵਾਸਤੇ ਨਾਮ ਸਿੰਘਾਂ ਨੇ ਦੱਸੇ ਆਏ ਨੇ, ਹੋਰ ਵੀ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਨਾਂ ਲਿਖਾ ਦਿਓ, ਫਿਰ ਉਹਦੇ ਮੁਤਾਬਕ ਪ੍ਰੋਗਰਾਮ ਸਾਰਾ ਬਣਾਇਆ ਜਾਏਗਾ। ਸੋ ਆਪਣੀ ਵਿਚਾਰ ਚੱਲ ਰਹੀ ਹੈ। ਗੁਰ ਤੇਗ ਬਹਾਦਰ ਮਹਾਰਾਜ 400 ਸਾਲਾ ਗੁਰ ਤੇਗ ਬਹਾਦਰ ਮਹਾਰਾਜ ਦੀ ਸ਼ਤਾਬਦੀ, ਪ੍ਰਕਾਸ਼ ਪੁਰਬ ਆਗਮਨ ਦਿਵਸ ਆ ਰਿਹਾ ਹੈ। ਦੇਸ਼ਾਂ ਵਿਦੇਸ਼ਾਂ ਵਿੱਚ ਸੰਗਤਾਂ ਬੜੀ ਭਾਵਨਾ ਨਾਲ, ਬੜੀ ਸ਼ਰਧਾ ਨਾਲ ਮਨਾ ਰਹੀਆਂ ਹਨ। ਇਹ ਦੀਵਾਨ ਵੀ 400 ਸਾਲਾਂ ਨੂੰ ਸਮਰਪਿਤ ਹੀ ਰੱਖੇ ਗਏ ਹਨ। ਸਤਿਸੰਗ ਜੀ, ਜੇ 9 ਪਾਤਸ਼ਾਹੀਆਂ ਤੱਕ ਆਪਾਂ ਨਾਮ ਪੜ੍ਹਨੇ ਹੋਣ ਤਾਂ ਕਲਗੀਧਰ ਪਾਤਸ਼ਾਹ ਨੇ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਦੇ ਵਿੱਚ 9 ਪਾਤਸ਼ਾਹੀਆਂ ਦਾ ਨਾਂ ਦਸਮ ਗ੍ਰੰਥ ਵਿੱਚ ਲਿਖਿਆ ਹੈ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਇਹ ਬਾਣੀ ਹੈ। ਬਾਣੀ ਵਿੱਚ ਆਪਣੇ ਕੋਲੋਂ ਕੋਈ ਲਗਾ ਮਾਤਰਾ ਵੀ ਨਹੀਂ ਲਾ ਸਕਦਾ ਹੈ। ਅੱਖਰ ਤਾਂ ਕੀ ਲਾਉਣਾ, ਲਗਾ ਮਾਤਰਾ ਵੀ ਵੱਧ ਘੱਟ ਨਹੀਂ ਲਾ ਸਕਦਾ। ਕਈ ਗੁਰਮੁਖ ਗੁਰੂ ਦੀ ਵਡਿਆਈ ਵਾਸਤੇ ਵਿੱਚ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਮੀਰੀ ਪੀਰੀ ਦੇ ਮਾਲਕ, ਪਰ ਇਹ ਬਾਣੀ ਦੇ ਵਿੱਚ ਆਪਾਂ ਕੋਈ ਵੀ ਲਗਾ ਮਾਤਰ ਵੱਧ ਘੱਟ ਨਹੀਂ ਵਰਤ ਸਕਦੇ। ਸਾਧ ਕਈ ਵਾਰੀ ਸੋਚਦਾ ਕਿ ਮੈਂ ਬੜੀ ਬਾਣੀ ਸ਼ੁੱਧ ਪੜ੍ਹ ਰਿਹਾ, ਉਹ ਨਾ ਉਹਦਾ ਕੋਈ ਵਿਸ਼ਰਾਮ ਹੁੰਦਾ ਹੈ, ਨਾ ਕੋਈ ਉਹਦਾ ਉਚਾਰਨ ਹੀ ਹੁੰਦਾ। ਜਿੰਨਾ ਚਿਰ ਇਹ ਦੋ ਗੱਲਾਂ ਦਾ ਧਿਆਨ ਰੱਖਣਾ ਬਾਣੀ ਪੜ੍ਹਨ ਵਾਲੇ ਨੇ, ਵਿਸ਼ਰਾਮ ਅਤੇ ਉਚਾਰਨ, ਜਦੋਂ ਉਸਤਾਦ ਪੜ੍ਹਾਉਂਦੇ ਨੇ ਦੋ ਹੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ। ਫਿਰ ਕਈ ਵਾਰੀ ਆਪਾਂ ਅਰਦਾਸ ਵਿੱਚ ਦੇਖਦੇ ਹਾਂ ਸਿੰਘ ਆਪਣੇ ਕੋਲੋਂ ਹੀ ਕੁਛ ਅੱਖਰ ਸ਼ਬਦ ਲਾਈ ਜਾਂਦੇ ਹੈ। ਪ੍ਰਥਮ ਭਗਵਤੀ ਸਿਮਰ ਕੈ
ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ। ਅਰਜਨ ਹਰਗੋਬਿੰਦਨੋ ਸਿਮਰੋ ਸ੍ਰੀ ਹਰ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਇ। ਅਤੇ ਜੇ ਨੌਵੇਂ ਪਾਤਸ਼ਾਹ ਮਹਾਰਾਜ ਦੀ ਸ਼ਹਾਦਤ ਪੜ੍ਹਨੀ ਹੈ ਤਾਂ ਫਿਰ ਆਪਾਂ ਨੂੰ ਦਸਮ ਪਾਤਸ਼ਾਹ ਦੀ ਬਾਣੀ 'ਚੋਂ ਹੀ ਮਿਲੇਗੀ। ਤਿਲਕ ਜੰਨੂ ਰਾਖਾ ਪ੍ਰਭ ਤਾਂਕਾ ਕੀਨੋ ਬਡੋ ਕਲੂ ਮੈਂ ਸਾਕਾ। ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ। ਇਹ ਸਾਰੇ ਬਚਨ ਦਸਮ ਵਿੱਚੋਂ ਹੀ ਆਪਾਂ ਨੂੰ ਮਿਲਣਗੇ। ਇਸੇ ਕਰਕੇ ਅੱਜ ਦਸਮ ਦਾ ਜ਼ਿਆਦਾ ਵਿਰੋਧ ਤਾਂ ਲੋਕ ਕਰਦੇ ਨੇ ਕਿ ਮਹਾਰਾਜ ਨੇ ਸਾਰਾ ਇਤਿਹਾਸ ਦਸਮ ਵਿੱਚੋਂ ਹੀ ਆਪਾਂ ਨੂੰ ਮਿਲੇਗਾ। ਚਾਰ ਸਾਹਿਬਜ਼ਾਦਿਆਂ ਦੇ ਨਾਂ, ਪੰਜ ਪਿਆਰਿਆਂ ਦੇ ਨਾਂ, ਨੌ ਪਾਤਸ਼ਾਹੀ ਦੇ ਨਾਂ ਆਪਾਂ ਨੂੰ ਦਸਮ 'ਚੋਂ ਮਿਲਣਗੇ, ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਨੌਵੇਂ ਪਾਤਸ਼ਾਹ ਛੇਵੇਂ ਪਾਤਸ਼ਾਹ ਮਹਾਰਾਜ ਦੇ ਛੋਟੇ ਸਾਹਿਬਜ਼ਾਦੇ। ਕੱਲ੍ਹ ਆਪਾਂ ਇੱਥੇ ਵਿਚਾਰ ਛੱਡੀ ਸੀ, ਭਾਵੇਂ ਪਹਿਲਾਂ ਵੀ ਗੁਰੂ ਤੇਗ ਬਹਾਦਰ ਮਹਾਰਾਜ ਘੱਟ ਬੋਲਦੇ ਸੀ, ਇਹ ਜਿਹੜੇ ਬੰਦਗੀ ਵਾਲੇ ਨੇ ਗੁਰਮੁਖ ਸਿਮਰਨ ਕਰਦਿਆਂ ਕਰਦਿਆਂ ਕੁਦਰਤੀ ਉਹਦਾ ਇਹ ਸੁਭਾਅ ਬਣ ਜਾਂਦਾ ਕਿ ਦੁਨੀਆਂ ਦੀਆਂ ਗੱਲਾਂ ਬਾਤਾਂ ਕਰਨੀਆਂ ਉਹਨੂੰ ਬਹੁਤੀਆਂ ਚੰਗੀਆਂ ਨਹੀਂ ਲੱਗਦੀਆਂ। ਭਗਤ ਤੇਰੇ ਮਨ ਭਾਵਦੇ ਦਰ ਸੋਹਣ ਕੀਰਤ ਗਾਵਦੇ। ਨਾਨ ਕਰਮਾਂ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ। ਇੱਕ ਮੂਲ ਨਾ ਬੁੱਝਣ ਆਪਣਾ ਅੰਨ ਹੁੰਦਾ ਆਪ ਗਣਾਏਂਦੇ। ਜਿਹੜੇ ਬੰਦਗੀ ਕਰਨ ਵਾਲੇ ਰੱਬ ਦੇ ਪਿਆਰੇ ਨੇ ਉਹ ਬਹੁਤਾ ਨਹੀਂ ਬੋਲਦੇ ਸਾਧ। ਗੁਰੂ ਅਮਰਦਾਸ ਮਹਾਰਾਜ ਆਨੰਦ ਸਾਹਿਬ ਦੀ ਬਾਣੀ ਵਿੱਚ ਵੀ ਆਪਾਂ ਨੂੰ ਉਪਦੇਸ਼ ਕੀਤਾ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ ਲੱਭ, ਲੋਭ ਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀਂ ਬੋਲਣਾ। ਬੰਦਗੀ ਵਾਲੇ ਜ਼ਿਆਦਾ ਨਹੀਂ ਬੋਲਦੇ ਸਾਸਨ, ਕਿਉਂਕਿ ਜ਼ਿਆਦਾ ਖਾਲੀ ਭਾਂਡੇ ਖੜਕਦੇ ਆ, ਜਿਹੜੇ ਭਰੇ ਹੁੰਦੇ ਉਹ ਛਲਕਦੇ ਨਹੀਂ ਹੁੰਦੇ। ਕਹਿਤ ਕਬੀਰ ਛੂਛਾ ਘੱਟ ਬੋਲੇ, ਭਰਿਆ ਹੋਏ ਸੋ ਕਬੂ ਨਾ ਡੋਲੇ।
ਭਵਰਾ ਉਹਨਾਂ ਚਿਰ ਗੂੰਜ ਪਾਉਂਦਾ ਜਿੰਨਾ ਚਿਰ ਉਹ ਰਸ ਨਹੀਂ ਚੂਸਣ ਲੱਗ ਜਾਂਦਾ। ਜਦੋਂ ਫੁੱਲ ਤੇ ਬਹਿ ਕੇ ਰਸ ਚੂਸਣ ਲੱਗ ਜਾਏ ਫਿਰ ਉਹਦੀ ਗੁੰਜਾਰ ਬੰਦ ਹੋ ਜਾਂਦੀ ਹੈ। ਭਾਈ ਗੁਰਦਾਸ ਨੇ ਪ੍ਰਮਾਣ ਦਿੱਤੇ ਨੇ ਕਿ ਸਿੱਪੀ ਦਾ ਮੂੰਹ ਉਨਾ ਚਿਰ ਖੁੱਲ੍ਹਾ ਰਹਿੰਦਾ ਜਿੰਨਾ ਚਿਰ ਉਹਦੇ 'ਚ ਸੁੱਚਾ ਮੋਤੀ ਨਹੀਂ ਹੁੰਦਾ ਪੈਂਦਾ। ਜਿੰਨਾ ਚਿਰ ਉਹ ਸਵਾਂਤੀ ਬੂੰਦ ਨਹੀਂ ਡਿੱਗਦੀ ਫਿਰ ਬੰਦ ਹੋ ਜਾਂਦੀ ਸਿੱਪੀ। ਫਿਰ ਉਹਦੇ 'ਚ ਪਹਿਲਾਂ ਬੰਦ ਕਰੀਏ ਬੰਦ ਹੁੰਦੀ ਨਹੀਂ। ਜਦ ਸਵਾਂਤੀ ਬੂੰਦ ਗਿਰ ਜਾਂਦੀ ਹੈ ਫਿਰ ਖੋਲ੍ਹੀਏ ਤਾਂ ਖੁੱਲ੍ਹਦੀ ਨਹੀਂ ਹੈ। ਭਾਈ ਗੁਰਦਾਸ ਜੀ ਨੇ ਸਿੱਪੀ ਨੂੰ ਵੀ ਪਰ ਪੁਕਾਰੀ ਲਿਖਿਆ ਹੈ ਕਿ ਲੋਕ ਉਹਦੇ ਤੋਂ ਸੁੱਚਾ ਮੋਤੀ ਲੈਣ ਵਾਸਤੇ ਪੱਥਰ ਮਾਰ ਕੇ ਉਹਦਾ ਮੂੰਹ ਭੰਨ ਦਿੰਦੇ ਨੇ ਅਤੇ ਉਹਨਾਂ ਤੋਂ ਮੂੰਹ ਭਨਾ ਕੇ ਆਪਣਾ ਪੱਥਰ ਨਾਲ ਉਹਦੀ ਵਜ੍ਹਾ 'ਚ ਉਹਨਾਂ ਨੂੰ ਸੁੱਚਾ ਮੋਤੀ ਦੇ ਦਿੰਦੀ ਹੈ ਸਿੱਪੀ। ਸਾਗਰ ਮੈਂ ਕਾਢ ਮੁੱਖ ਫੋਰੀਅਤ ਸੀਪ ਕੋ ਜਿਉਂ ਦੇਤ ਮੁੱਖ ਤਾਹਲ ਅਵੱਗਿਆ ਨਾ ਵਿਚਾਰ ਹੈ। ਅਗਿਆਨੀ ਜੀ ਬੈਠੇ ਨੇ ਕਿ ਬਾਹਰਲੇ ਦੇਸ਼ਾਂ 'ਚ ਵੀ ਪ੍ਰਚਾਰ ਵੈਸੇ ਬਹੁਤ ਲੰਮੇ ਸਮੇਂ ਤੋਂ ਇਕੱਠੇ ਹੀ ਦੀਵਾਨਾਂ ਵਿੱਚ ਸਤਸੰਗ 'ਚ ਵੈਸੇ ਗਿਆਨੀ ਘੱਟ ਆਉਂਦੇ ਨੇ। ਗ੍ਰੰਥੀ ਜੀ ਬੈਠੇ ਨੇ ਠਰੀ ਵਾਲੇ ਬਾਣੀ ਪੜ੍ਹਨ ਵਾਲੇ ਸਾਰੇ ਸਤਿਕਾਰਯੋਗ ਹੁੰਦੇ ਹੈ ਪਰ ਤੁਸੀਂ ਘੱਟ ਦੇਖੋਗੇ। ਕਿਤੇ ਸਮਾਗਮ ਹੋਵੇ ਗੁਰਬਾਣੀ ਕਥਾ ਕੀਰਤਨ ਪਰ ਜਿਹੜੇ ਗੁਰਮੁਖ ਨੇ ਇਹ ਨਿਸ਼ਾਨੀ ਹੈ ਉਹਨਾਂ ਦੀ ਉਹ ਆਸੇ ਪਾਸੇ ਬੈਠੇ ਚੁਗਲੀਆਂ ਨਿੰਦਿਆ ਕਰਦੇ ਰਹਿਣਗੇ। ਜਦੋਂ ਦੇਖਿਆ ਹੁਣ ਮੈਨੂੰ ਹੁਕਮਨਾਮਾ ਤਾਂ ਲੈਣਾ ਹੀ ਪੈਣਾ ਫਿਰ ਉਦੋਂ ਮਾਰ ਦੀ ਹਜ਼ੂਰੀ 'ਚ ਆਉਣਗੇ। ਇਹ ਨਹੀਂ ਕਿ ਸਾਰਿਆਂ ਦਾ ਹੋਰਾਂ ਦਾ ਹੀ ਭਲਾ ਬਾਣੀ ਸੁਣ ਕੇ ਸਾਡਾ ਵੀ ਭਲਾ ਹੈ ਕਿ ਅਸੀਂ ਸੁਣਾਈਏ ਅਤੇ ਸੁਣੀਏ ਨਾ ਪਰ ਥੋੜ੍ਹੇ ਨੇ ਜਿਹੜੇ ਸੁਣਾਉਂਦੇ ਵੀ ਨੇ ਅਤੇ ਆਪ ਸੁਣਦੇ ਵੀ ਨੇ ਦੂਜਿਆਂ ਤੋਂ। ਭਾਈ ਗੁਰਦਾਸ ਜੀ ਕਹਿੰਦੇ ਨੇ ਸਿੱਪੀ ਪਰ ਪੁਕਾਰੀ ਹੈ ਆਪਣਾ ਮੂੰਹ ਬਣਾ ਕੇ ਭੰਨ ਕੇ ਉਹਨੂੰ ਫਿਰ ਸੁੱਚਾ ਮੋਤੀ ਕੱਢਦੇ ਨੇ ਉਹਦੇ ਵਿੱਚੋਂ। ਉਦੋਂ ਮੂੰਹ ਬੰਦ ਹੋ ਜਾਂਦਾ ਜਦੋਂ 'ਚ ਸਵਾਂਤੀ ਬੂੰਦ ਗਿਰਦੀ ਹੈ। ਸਤਸੰਗ ਜੀ ਨਿਸ਼ਾਨੀ ਹੈ ਭਾਵੇਂ ਕੋਈ ਪੰਜ ਬਾਣੀਆਂ ਦਾ ਹੀ ਪਾਠ ਕਰਦਾ ਜਦੋਂ ਪੰਜ ਬਾਣੀਆਂ ਦਾ ਪਾਠ ਕਰ ਲਵੇ ਉਹਨੂੰ ਬਹੁਤਾ ਚਿਰ ਕਿਸੇ ਨਾਲ ਗੱਲਾਂ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਜਿਹੜਾ ਟਿਕਾ ਆਨੰਦ ਹੈ ਬਾਣੀ 'ਚ ਹੈ। ਬਹੁਤ ਘੱਟ ਬੋਲਦੇ ਨੇ ਹੱਸਦੇ ਵੀ ਬਹੁਤ ਮੁਸਕਰਾਉਂਦੇ ਤਾਂ ਕਿਤੇ ਹੈ ਜ਼ਰੂਰ ਪਰ ਜ਼ਿਆਦਾ ਖਿੜਖਿੜ ਕਰਕੇ ਨਹੀਂ ਹੱਸਦੇ ਮਹਾਰਾਜ। ਅਮਾ ਪੁਰਸ਼ਾਂ ਨੂੰ ਉੱਪਰ ਆ ਜਾਓ ਸਟੇਜ 'ਤੇ। ਸੋ ਸਤਸੰਗ ਜੀ ਜਦੋਂ ਬਾਬਾ ਟਲ ਰਹੇ ਜੀ ਖੱਤਰੀਆਂ ਦਾ ਮੁੰਡਾ ਮੋਹਣ ਜਿਉਂਦਾ ਕੀਤਾ
ਗੁਰੂ ਤੇਗ ਬਹਾਦਰ ਮਹਾਰਾਜ, ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਇਸ ਗੱਲ ਦੀ ਨਾਰਾਜ਼ਗੀ। ਇਹ ਗੁਰੂ ਨਾਨਕ ਦਾ ਘਰ ਹੈ ਜਾਂ ਰਜਾ ਵਿੱਚ ਵਿਚਰਨ ਦਾ ਉਪਦੇਸ਼ ਹੈ। ਹੁਕਮ ਰਜਾਈ ਚੱਲਣਾ ਹੁਕਮ ਹੈ ਸਾਨੂੰ। ਜੋ ਤੁਦ ਭਾਵ ਹੈ ਸਾਈ ਭਲੀ ਕਾਰ, ਸਾਨੂੰ ਉਪਦੇਸ਼ ਇਹੀ ਹੈ। ਘਾਟਾ ਹੈ ਵਾਧਾ ਹੈ, ਖੁਸ਼ੀ ਹੈ ਗਮੀ ਹੈ, ਦੁੱਖ ਹੈ ਸੁੱਖ ਹੈ, ਕੇਤਿਆ ਦੁੱਖ ਭੂਗ ਸਦ ਮਾਰ, ਇਹ ਪੇ ਦਾਤ ਤੇਰੀ ਦਾਤਾਰ। ਜੰਮਣਾ ਮਰਨਾ ਹੁਕਮ ਹੈ, ਇਸ ਕਰਕੇ ਭਾਣੇ ਵਿੱਚ ਦਖਲਬਾਜ਼ੀ ਨਹੀਂ। ਜਾਂ ਹੁਣ ਤੁਸੀਂ ਰਹੋ ਸਰੀਰ ਕਰਕੇ, ਜਾਂ ਅਸੀਂ ਰਹਿੰਦੇ ਹਾਂ। ਬਾਬਾ ਟਲ ਰਾਏ ਮਹਾਰਾਜ ਨੇ ਪ੍ਰਕਰਮਾ ਕਰਕੇ ਸ੍ਰੀ ਦਰਬਾਰ ਸਾਹਿਬ ਦੀਆਂ ਜਾ ਕੇ ਕੱਖਾਂ ਦਾ ਆਸਣ ਵਿਛਾ ਕੇ, ਕੁਸਾ ਦਾ ਆਸਣ ਕਹਿੰਦੇ ਨੇ ਕੱਖਾਂ ਦੇ ਆਸਣ ਨੂੰ, ਕੁਸਾ ਦਾ ਆਸਣ ਵਿਛਾ ਕੇ ਉੱਤੇ ਚਾਦਰ ਲੈ ਕੇ ਸਰੀਰ ਇਸ ਤਰ੍ਹਾਂ ਤਿਆਗ ਦਿੱਤਾ ਜਿਵੇਂ ਸੱਪ ਕੰਝ ਛੱਡ ਜਾਂਦਾ। ਛੇਵੇਂ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਿਆ ਆਪਣੇ ਹੱਥੀਂ ਆਪਣੇ ਸਾਹਿਬਜ਼ਾਦੇ ਦਾ ਸਸਕਾਰ ਕੀਤਾ। ਇਸ ਗੱਲ ਦਾ ਨੌਵੇਂ ਪਾਤਸ਼ਾਹ ਮਹਾਰਾਜ ਉੱਤੇ ਬਹੁਤ ਪ੍ਰਭਾਵ ਪਿਆ, ਅਸਰ ਹੋਇਆ, ਕਿਉਂਕਿ ਬਾਬਾ ਟਲ ਰਾਏ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜ਼ਿਆਦਾ ਖੜਾਇਆ ਕਰਦੇ ਸੀ, ਸਨੇਹ ਸੀ ਉਹਨਾਂ ਦਾ। ਪ੍ਰੇਮ ਤਾਂ ਭਾਵੇਂ ਭਰਾ ਹੋਵੇ, ਭਾਵੇਂ ਰਿਸ਼ਤੇਦਾਰ ਹੋਵੇ, ਭਾਵੇਂ ਸੇਵਕ ਹੋਵੇ, ਗੁਰੂ ਨੂੰ ਪ੍ਰਵਾਨ ਹੈ, ਪਰ ਮੋਹ ਨਹੀਂ ਪ੍ਰਵਾਨ ਹੈ। ਮੋਹ ਵਿੱਚ ਰੋਈਏ ਤਾਂ ਮਨ ਮੈਲਾ ਹੋ ਜਾਂਦਾ ਹੈ, ਕਿਤੇ ਗੁਰੂ ਦੇ ਪ੍ਰੇਮ ਵਿੱਚ ਨੇਤਰ ਸਜਲ ਹੋ ਜਾਣ ਤਾਂ ਫਿਰ ਮਨ ਤੋਂ ਮੈਲ ਲੈ ਜਾਂਦੀ ਹੈ, ਹਿਰਦਾ ਸ਼ੁੱਧ ਹੋ ਜਾਂਦਾ ਹੈ। ਵਾਹਿਗੁਰੂ। ਜਦੋਂ ਕਿਤੇ ਸਤਿਪੁਰਸ਼ਾਂ ਦੀ ਯਾਦ ਵਿੱਚ ਨੇਤਰ ਸਜਲ ਹੋ ਜਾਣ, ਵਿਰਾਗ ਆ ਜਾਵੇ, ਤਾਂ ਫਿਰ ਮਨ ਤੋਂ ਮੈਲ ਲੈ ਜਾਂਦੀ। ਜੇ ਮੋਹ ਵਿੱਚ ਰੋਈਏ ਤਾਂ ਮਨ ਮੈਲਾ ਹੁੰਦਾ ਹੈ। ਗੁਰੂ ਤੇਗ ਬਹਾਦਰ ਮਹਾਰਾਜ ਨਾਲ ਪ੍ਰੇਮ ਇੰਨਾ ਸੀ ਬਾਬਾ ਟਲ ਰਾਏ ਜੀ ਦਾ ਕਿ ਜੀਵਨ 'ਤੇ ਬੜਾ ਗਹਿਰਾ ਅਸਰ ਪਿਆ। ਸਮਾਂ ਹੌਲੀ ਹੌਲੀ ਗੁਜ਼ਰਿਆ। ਜ਼ਿਆਦਾ ਮਹਾਰਾਜ ਇਕਾਂਤਵਾਸ ਰਹਿੰਦੇ ਹੈ, ਬੋਲਦੇ ਘੱਟ ਨੇ। 13 ਸਾਲ ਦੀ ਉਮਰਾਂ ਹੋ ਗਈ ਸ੍ਰੀ ਕੁਮਰਾ। ਕਰਤਾਰਪੁਰ ਦੇ ਰਹਿਣ ਵਾਲੇ ਭਾਈ ਲਾਲ ਚੰਦ, ਇਹਨਾਂ ਦੇ ਘਰੋਂ ਬੀਬੀ ਬਿਸ਼ਨ ਕੌਰ, ਇਹਨਾਂ ਦੀ ਧੀ ਸੁਗੜ ਸੁਜਾਨ, ਧੀਰ ਜਵਾਨ, ਦੁਨੀਆਂ ਦੇ ਇਤਿਹਾਸ ਵਿੱਚ ਜਿਹੋ ਜਿਹੀ ਮਾਂ ਨਹੀਂ ਹੋਈ ਨਾ ਹੋਣੀ ਹੈ। ਮਾਤਾ ਗੁਜਰੀ, ਇਹ ਲਾਲ ਚੰਦ ਦੀ ਧੀ ਹੈ, ਕਰਤਾਰਪੁਰ ਦਾ ਰਹਿਣ ਵਾਲਾ ਭਾਈ ਲਾਲ ਚੰਦ।
ਗੁਰੂ ਤੇਗ ਬਹਾਦਰ ਮਹਾਰਾਜ 13 ਸਾਲ ਦੀ ਉਮਰ 'ਚ ਇਹਨਾਂ ਨਾਲ ਸ਼ਾਦੀ ਹੋਈ। ਥੋੜ੍ਹੇ ਮਹੀਨੇ ਹੋਏ ਸੀ ਅਜੇ ਸ਼ਾਦੀ ਹੋਇਆਂ ਨੂੰ, ਅਤੇ ਕਰਤਾਰਪੁਰ ਦਾ ਜਿਹੜਾ ਜੰਗ ਹੈ, 6ਵੇਂ ਪਾਤਸ਼ਾਹ ਦਾ 4th ਜੰਗ, 4 ਜੰਗ ਕੀਤੇ ਨੇ 6ਵੇਂ ਪਾਤਸ਼ਾਹ ਮਹਾਰਾਜ ਨੇ। 10ਵੇਂ ਪਾਤਸ਼ਾਹ ਮਹਾਰਾਜ ਨੇ 14 ਜੰਗ ਕੀਤੇ। ਦੁਨੀਆਂ ਦੀਆਂ ਲੜਾਈਆਂ ਇਹਨਾਂ 3 ਗੱਲਾਂ ਕਰਕੇ ਹੋਈਆਂ ਨੇ, ਜਰ ਜੋਰੂ ਅਤੇ ਜ਼ਮੀਨ, ਇਸਤਰੀ ਪੈਸਾ ਅਤੇ ਜ਼ਮੀਨ, ਇਹ 3 ਕਾਰਨ ਨੇ ਲੜਾਈਆਂ ਦੇ। ਜਾਂ ਪੈਸੇ ਤੋਂ ਲੜਾਈ ਹੁੰਦੀ ਹੈ, ਜਾਂ ਜ਼ਮੀਨ ਤੋਂ ਲੜਾਈ ਹੁੰਦੀ ਹੈ, ਅਤੇ ਜਾਂ ਇਸਤਰੀ ਤੋਂ। ਪਰ ਗੁਰੂ ਘਰ ਦੇ ਧਰਮ ਯੁੱਧ ਨਾ ਇਸਤਰੀ ਵਾਸਤੇ, ਨਾ ਪੈਸੇ ਵਾਸਤੇ, ਨਾ ਜ਼ਮੀਨ ਵਾਸਤੇ, ਨਾ 6ਵੇਂ ਪਾਤਸ਼ਾਹ ਮਹਾਰਾਜ ਕਿਸੇ 'ਤੇ ਚੜ੍ਹਾਈ ਕਰਕੇ ਗਏ ਨੇ, ਅਤੇ ਨਾ 10ਵੇਂ ਪਾਤਸ਼ਾਹ ਮਹਾਰਾਜ ਕਿਸੇ 'ਤੇ ਚੜ੍ਹਾਈ ਕਰਕੇ ਗਏ। ਜਿਹੜਾ ਗੁਰੂ ਘਰ 'ਤੇ ਚੜ੍ਹਾਈ ਕਰਕੇ ਆਇਆ, ਉਹਨੂੰ ਲਾਹ ਕੇ ਘੱਲਿਆ ਮਹਾਰਾਜ ਨੇ, ਚੜ੍ਹ ਕੇ ਨਹੀਂ ਗਏ ਕਿਸੇ ਦੇ ਉੱਤੇ। ਇਹਨੂੰ ਆਪਣੀ ਸਵੈ ਰੱਖਿਆ, ਆਪਣੀ ਰੱਖਿਆ ਵਾਸਤੇ ਤੁਸੀਂ ਹਰ ਹੀਲਾ ਵਰਤ ਸਕਦੇ ਹੋ। ਜਿਹੜਾ ਤੁਹਾਡੇ ਘਰ 'ਤੇ ਚੜ੍ਹ ਕੇ ਆ ਗਿਆ, ਤਾਂ ਫਿਰ ਸਤਸੰਗ ਜੀ ਤੁਸੀਂ ਆਪਣੇ ਬਚਾਅ ਵਾਸਤੇ ਹਰ ਇੱਕ ਉਪਾਅ ਕਰ ਸਕਦੇ ਹੋ। ਛੇਵੇਂ ਪਾਤਸ਼ਾਹ ਮਹਾਰਾਜ ਕਿਸੇ 'ਤੇ ਚੜ੍ਹਾਈ ਕਰਕੇ ਨਹੀਂ ਗਏ, ਕਿਸੇ ਇਲਾਕੇ 'ਤੇ ਕਬਜ਼ਾ ਨਹੀਂ ਕੀਤਾ, ਕਿਸੇ ਨੂੰ ਲੁੱਟਿਆ ਨਹੀਂ, ਕਿਸੇ ਦੀ ਇੱਜ਼ਤ ਨੂੰ ਖਤਰਾ ਨਹੀਂ ਬਣੇ। ਅਤੇ 10ਵੇਂ ਪਾਤਸ਼ਾਹ ਮਹਾਰਾਜ ਨੇ 14 ਜੰਗ ਕੀਤੇ, ਨਾ ਕਿਸੇ ਇਲਾਕੇ 'ਤੇ ਕਬਜ਼ਾ ਕੀਤਾ ਹੈ, ਨਾ ਕਿਸੇ ਨੂੰ ਲੁੱਟਿਆ, ਅਤੇ ਨਾ ਕਿਸੇ ਦੀ ਇੱਜ਼ਤ ਨੂੰ ਖਤਰਾ ਬਣੇ। ਜਿਹੜਾ ਗੁਰੂ ਘਰ 'ਤੇ ਚੜ੍ਹ ਕੇ ਆਇਆ, ਉਹਨੂੰ ਲਾਹ ਕੇ ਘੱਲਿਆ। ਚੜ੍ਹ ਕੇ ਜਾਣਾ ਵੀ ਗਲਤ ਹੈ, ਅਤੇ ਚੜ੍ਹ ਕੇ ਆਏ ਅੱਗੇ ਹੱਥ ਜੋੜਨੇ ਵੀ ਗਲਤ ਨੇ। ਸਾਧਸੰਗ 'ਚ ਡਰਨਾ ਵੀ ਅਤੇ ਡਰਾਉਣਾ ਵੀ, ਜ਼ੁਲਮ ਕਰਨਾ ਵੀ ਪਾਪ ਹੈ ਅਤੇ ਜ਼ੁਲਮ ਨੂੰ ਜਰਨਾ ਵੀ ਪਾਪ ਹੈ। ਜਿਹੜਾ ਰੋਜ਼ ਸਰਬੱਤ ਦਾ ਭਲਾ ਮੰਗਦਾ ਅਰਦਾਸ ਕਰਕੇ, ਬਾਕੀ ਸਾਰੀ ਦੁਨੀਆ ਕੋਈ ਆਪਣੇ ਮਜ਼ਹਬ ਦਾ, ਕੋਈ ਆਪਣੇ ਦੇਸ਼ ਦਾ, ਕੋਈ ਆਪਣੀ ਕੌਮ ਦਾ ਭਲਾ ਮੰਗਦਾ ਹੈ, ਇੱਕ ਗੁਰੂ ਨਾਨਕ ਦਾ ਸਿੱਖ ਹੈ ਜਦੋਂ ਅਰਦਾਸ ਕਰਦਾ ਸਮੁੱਚੀ ਲਕਾਈ ਦਾ ਭਲਾ ਮੰਗਦਾ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਭਲਾ ਵੀ ਸਰਬੱਤ ਦਾ ਮੰਗਦਾ, ਪੰਗਤ ਵੀ ਇੱਕੋ ਵਿੱਚ ਸਾਰਿਆਂ ਨੂੰ ਲੰਗਰ ਛਕਾਉਂਦਾ ਹੈ, ਵਿਤਕਰਾ ਵੀ ਕਿਸੇ ਨਾਲ ਨਹੀਂ। ਪਰ ਸਾਧਸੰਗ ਜੀ ਇਹ ਵੀ ਇਤਿਹਾਸ ਹੈ ਇਹਦਾ, ਜਿਹਨੇ ਇਹਦੇ ਨਾਲ ਦਸਤ ਪੰਜਾ ਲਿਆ ਉਹਦੀ ਨੀਂਦ ਵੀ ਹਰਾਮ ਕਰ ਦਿੰਦਾ ਹੈ, ਉਹਨੂੰ ਚੈਨ ਨਾਲ ਸੌਣ ਨਹੀਂ ਦਿੰਦਾ। ਭਲਾ ਵੀ ਸਰਬੱਤ ਦਾ ਮੰਗਦਾ, ਉਪਾਸ਼ਕ ਵੀ ਸ਼ਬਦ ਹੈ, ਸ਼ਬਦ ਦਾ ਭਾਵ ਹੈ ਸ਼ਾਂਤ। ਕਿਸੇ ਦੁਨੀਆ ਦੀ ਵਸਤੂ ਨਾਲ ਮਨ ਨੂੰ ਸ਼ਾਂਤੀ ਨਹੀਂ ਆਉਂਦੀ, ਜੇ ਆਉਂਦੀ ਹੈ ਤਾਂ ਬਿਨ ਹਰ ਨਾਮ ਨਾ ਸ਼ਾਂਤ ਹੋਏ। ਜਿਹੜਾ ਪਾਸ਼ਕੀ ਸ਼ਾਂਤੀ ਦਾ ਬਾਣੀ ਦਾ,
ਪਰ ਸਤਸੰਗ ਜੀ ਪਾਣੀ ਦਾ ਕੀ ਕਸੂਰ ਹੈ? ਉਹ ਤਾਂ ਠੰਡਾ ਹੀ ਰਹਿਣਾ ਚਾਹੁੰਦਾ, ਉਹਦਾ ਸੁਭਾਅ ਹੀ ਠੰਡਾ ਹੈ, ਅਤੇ ਜੇ ਕੋਈ ਪਾਣੀ ਦੇ ਥੱਲੇ ਅੱਗ ਹੀ ਬਾਲ ਦੇਵੇ ਫਿਰ ਤਾਂ ਉਹਨੇ ਉੱਬਲਣਾ ਹੀ ਹੈ। ਕਿਸੇ ਹੱਦ ਤੱਕ ਅੱਗ ਨੂੰ ਵੀ ਜਰਦਾ ਹੈ, ਅਤੇ ਜਦੋਂ ਕੋਈ ਅੱਤ ਚੱਕ ਲਵੇ ਅੱਗ ਡਾਹੀ ਹੋਈ ਜਾਏ ਫਿਰ ਉੱਬਲ ਕੇ ਅੱਗ 'ਤੇ ਡੁੱਲਦਾ ਆਪ ਵੀ, ਅਤੇ ਅੱਗ ਵੀ ਸ਼ਾਂਤ ਕਰ ਦਿੰਦਾ ਹੈ। ਗੁਰਸਿੱਖ ਤਾਂ ਸ਼ਾਂਤੀ ਚਾਹੁੰਦਾ ਹੈ, ਸ਼ਾਂਤ ਰਹਿਣਾ ਚਾਹੁੰਦਾ ਹੈ, ਪਰ ਜਦੋਂ ਕੋਈ ਜ਼ੁਲਮ ਦੀ ਅੱਗ ਬਾਲ ਦੇਵੇ ਫਿਰ, ਜਦੋਂ ਕੋਈ ਹੀਲਾ ਨਹੀਂ ਰਹਿੰਦਾ, ਚੂੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ ਹਲਾਲ ਅਸਤ ਵੁਰਦਨ ਬਾ ਸ਼ਮਸ਼ੀਰ ਦਸਤ, ਫਿਰ ਸੁਭਾਵਕੀ ਤਲਵਾਰ ਦੇ ਮੁੱਠ 'ਤੇ ਹੱਥ ਜਾਣਾ ਸੁਭਾਵਕ ਹੈ। ਇਸ ਕਰਕੇ ਬਾਕੀ ਸਾਰਾ ਕੁਛ ਬਰਦਾਸ਼ਤ ਕਰ ਲਿਆ, ਟੈਕਸ ਲੱਗੇ, ਜਜੀਏ ਲੱਗੇ, ਪਰ ਜਦੋਂ ਹੱਕ ਖੋਣ ਦੀ ਗੱਲ ਆਈ ਫਿਰ ਸਤਸੰਗ ਜੀ ਮੋਰਚਾ ਲੱਗਿਆ। ਸਾਰੇ ਟੈਕਸ ਝੱਲ ਰਹੇ, ਜਜੀਏ ਝੱਲ ਰਹੇ, ਖੂਨ ਚੋੜਿਆ ਗਿਆ, ਬਰਦਾਸ਼ਤ ਕਰ ਲਿਆ, ਪਰ ਜਦੋਂ ਹੱਕ ਖੋਣ ਲੱਗੇ ਕਹਿੰਦੇ ਇਹ ਨਹੀਂ ਹੋ ਸਕਦਾ ਹੁਣ। ਫਿਰ ਸਤਸੰਗ ਜੀ ਜਦੋਂ ਵੀ ਮੋਰਚਾ ਲੱਗਿਆ ਜ਼ੁਲਮ ਦੇ ਵਿਰੁੱਧ ਲੱਗਿਆ, ਕਿਸੇ ਕੌਮ ਨਾਲ ਨਹੀਂ, ਜ਼ੁਲਮ ਕਰਨ ਵਾਲੇ ਜ਼ਾਲਮ ਦੇ ਵਿਰੁੱਧ ਮੋਰਚਾ ਲੱਗਦਾ ਹੈ। ਮੋਰਚੇ ਦੁਨੀਆਂ 'ਚ ਬੜੇ ਲੱਗੇ ਨੇ, ਇਹ ਦੁਨੀਆਂ ਦਾ ਇੱਕ ਨਿਆਰਾ ਮੋਰਚਾ ਹੈ ਜਿਹਨੂੰ ਸਾਰੀ ਦੁਨੀਆਂ ਦਾ ਸਮਰਥਨ ਹੈ। ਇੱਕੋ ਹੀ ਮੋਰਚਾ ਜਿੱਥੇ ਬਿਨਾਂ ਬੁਲਾਏ 'ਤੇ ਲੋਕ ਆਪਣੇ ਆਪ ਹਾਜ਼ਰ ਹੋ ਰਹੇ ਨੇ। ਇੱਕੋ ਹੀ ਮੋਰਚਾ ਦੁਨੀਆਂ 'ਤੇ ਜਿੱਥੇ ਆਪ ਲੋਕ ਖਰਚਾ ਕਰ ਰਹੇ ਨੇ। ਇੱਕੋ ਹੀ ਦੁਨੀਆਂ 'ਤੇ ਮੋਰਚਾ ਜਿਹਦਾ ਕੰਟਰੋਲ ਆਪ ਅਕਾਲ ਪੁਰਖ ਗੁਰੂ ਮਹਾਰਾਜ ਕਰ ਰਹੇ ਨੇ। ਇੱਕੋ ਹੀ ਦੁਨੀਆਂ ਵਿੱਚ ਮੋਰਚਾ ਜਿਹੜਾ ਹਰ ਇੱਕ ਇਨਸਾਨ ਵਾਸਤੇ ਲੱਗਿਆ, ਕੋਈ ਕਿਸੇ ਮਹਿਕਮੇ ਵਾਸਤੇ ਲੱਗਦਾ, ਕਿਸੇ ਮਜ਼ਹਬ ਵਾਸਤੇ ਲੱਗਦਾ, ਇਹ ਇਨਸਾਨੀਅਤ ਕਿਸਾਨ ਤੋਂ ਇਨਸਾਨ ਦਾ ਮੋਰਚਾ ਬਣ ਗਿਆ। ਸੋ ਸਤਸੰਗ ਜੀ ਜਿੰਨੇ ਅੱਜ ਤੱਕ ਮੋਰਚੇ ਲੱਗੇ ਹੱਕ ਸੱਚ ਵਾਸਤੇ, ਫਤਿਹ ਹਾਸਲ ਕੀਤੀ ਹੈ, ਅਤੇ ਜਿਹੜੀ ਰੋਜ਼ ਅਰਦਾਸਾਂ ਹੁੰਦੀਆਂ ਨੇ, ਸੱਚ ਦੇ ਹਾਮੀ ਹੈ ਪਰਮਾਤਮਾ, ਨਾਲ ਖੜ੍ਹਾ ਸੱਚ ਦੇ, ਅਤੇ ਸੱਚ ਦੇ ਸਦਾ ਹੀ ਡੰਕੇ ਵੱਜੇ ਹੈ, ਕੂੜਨ ਖੁੱਟੇ ਨਾਨਕਾ ਓੜਕ ਸੱਚ ਰਹੀ। ਇਸ ਕਰਕੇ ਸਾਨੂੰ ਉਪਦੇਸ਼ ਇਹੀ ਹੈ, ਚੜ੍ਹ ਕੇ ਨਹੀਂ ਜਾਣਾ ਕਿਸੇ 'ਤੇ, ਜਿਹੜਾ ਚੜ੍ਹ ਕੇ ਆ ਗਿਆ ਫਿਰ ਲਾਹ ਕੇ ਘੱਲਣਾ ਉਹਨੂੰ। ਚੌਥਾ ਜੰਗ ਛੇਵੇਂ ਪਾਤਸ਼ਾਹ ਮਹਾਰਾਜ ਕਰਤਾਰਪੁਰ, ਜਿਹੜਾ ਪੈਂਡਾ ਆਪਣੇ ਹੱਥੀਂ ਪਾੜਿਆ ਸੀ ਪੈਂਦੇ ਖਾਂ ਪਠਾਨ, ਇਹਨੂੰ ਪਹਿਲੇ ਜੰਗ 'ਚ ਮਾਰਨ ਨੇ ਭੇਜਿਆ ਸੀ, ਪਾਲਿਆ ਆਪ ਹੀ ਸੀ, ਅਤੇ ਡੀਲ ਡੌਲ ਸਰੀਰ ਬੜਾ ਤਗੜਾ ਸੀ, ਸਰੀਰ ਕਰਕੇ ਤਗੜਾ ਸੀ, ਪਰ ਗੁਰੂ ਦੀ ਸ਼ਰਧਾ ਗੁਰੂ ਦੀ ਭਾਵਨਾ ਤੋਂ ਹੀਣਾ ਸੀ। ਸਤਸੰਗ ਜੀ ਸਰੀਰ ਭਾਵੇਂ ਤਗੜਾ ਨਹੀਂ, ਪਰ ਜੇ ਗੁਰੂ ਕਿਤੇ ਕਿਰਪਾ ਕਰ ਦੇਵੇ, ਨੀਕੀ ਕੀਰੀ ਮੈਂ ਕੱਲ ਰੱਖੈ, ਭਸਮ ਕਰੇ ਲਸਕਰ ਕੋਟ ਲੱਖ ਹੈ, ਕੀੜਾ ਥਾਪਦੇ ਪਾਤਸ਼ਾਹ ਲਸ਼ਕਰ ਕਰੇ ਸੁਆਹ।
ਅਤੇ ਵੱਡੇ ਵੱਡੇ ਜਿਹੜੇ ਸਰੀਰ ਕਰਕੇ ਆਪਣੇ ਆਪ ਨੂੰ ਬਲੀ ਸਮਝਦੇ ਹੈ, ਉਹ ਮੌਤ ਦਾ ਨਾਂ ਸੁਣ ਕੇ ਥਰ ਥਰ ਕੰਬਦੇ। ਹੰਕਾਰ ਹੋ ਗਿਆ ਆਪਣੇ ਸਰੀਰਕ ਬਲ ਦਾ, ਹੰਕਾਰੀ ਨੂੰ ਉਹਦਾ ਹੰਕਾਰ ਹੀ ਖਾ ਜਾਂਦਾ ਹੈ। ਸਤਿਸੰਗ ਜੀ, ਇਹ ਕਿਸੇ ਮੰਤਰੀ ਦੀ ਕੁੱਤੀ ਮਰ ਜਾਏ ਉਹਦਾ ਵੀ ਸੋਗ ਸੰਦੇਸ਼ ਭੇਜ ਦਿੰਦੇ ਹੈ, ਕਿੱਥੇ 300 ਦੇ ਨੇੜੇ ਕਿਸਾਨ ਸ਼ਹੀਦ ਹੋ ਚੁੱਕਿਆ, ਸਰੀਰ ਛੱਡ ਚੁੱਕਿਆ, ਇੱਕ ਅੱਖਰ ਮੂੰਹ 'ਚੋਂ ਨਹੀਂ ਨਿਕਲਿਆ, ਹੰਕਾਰ ਨਹੀਂ ਤਾਂ ਹੋਰ ਕੀ ਹੈ। ਕੀ ਪ੍ਰਜਾ ਨੇ ਇਹਨਾਂ ਨੂੰ ਵੋਟਾਂ ਪਾ ਕੇ ਰਾਜ ਦਿੱਤਾ? ਨਹੀਂ, ਇਹਨਾਂ ਦੇ ਬਾਪ ਦਾ ਰਾਜ ਹੈ। ਇਹਦਾ ਪਿਓ ਬਾਦਸ਼ਾਹ ਸੀ ਕਿ ਉਹਦਾ ਦਾਦਾ ਬਾਦਸ਼ਾਹ ਸੀ? ਪ੍ਰਜਾ ਦਾ ਰਾਜ ਹੈ ਅਤੇ ਪ੍ਰਜਾ ਉੱਤੇ ਜ਼ੁਲਮ। ਫਿਰ ਗੁਰੂ ਮਹਾਰਾਜ ਦਾ ਇਹ ਵੀ ਬਚਨ ਹੈ, ਖਾਲਕ ਖਲਕ ਖਲਕ ਮੈਂ ਖਾਲਕ ਪੂਰੇ ਹੋ ਸਭ ਠਾਈ। ਜੇ ਪ੍ਰਜਾ ਰਾਜ ਦੇ ਸਕਦੀ ਹੈ ਤਾਂ ਪ੍ਰਜਾ ਰਾਜ ਖੋ ਵੀ ਸਕਦੀ ਹੈ। ਸਤਿਸੰਗ ਜੀ, ਇਹ ਪ੍ਰਜਾ ਦੀ ਤਾਕਤ ਹੈ ਅਤੇ ਪ੍ਰਜਾ ਉੱਤੇ ਜਮਾਈ ਜਾ ਰਹੀ ਹੈ ਜ਼ੋਰ ਜ਼ੁਲਮ। ਹੰਕਾਰ ਕਿਸੇ ਗੱਲ ਦਾ ਵੀ ਰੱਬ ਨੂੰ ਪਾਉਂਦਾ ਨਹੀਂ ਹੈ। ਗੁਰੂ ਤੇਗ ਬਹਾਦਰ ਮਹਾਰਾਜ ਦਾ ਉਪਦੇਸ਼ ਹੈ ਕਿ ਜੇ ਤੂੰ ਚੰਗੇ ਕੰਮ ਕਰਕੇ ਵੀ ਹੰਕਾਰ ਕਰੇਗਾ ਤਾਂ ਵਿਅਰਥ ਨੇ ਤੇਰੇ। ਜਿਵੇਂ ਹਾਥੀ ਨੂੰ ਨਵਾ ਕੇ ਬਾਹਰ ਕੱਢੀਏ ਉੱਤੇ ਫਿਰ ਮਿੱਟੀ ਸੁੱਟ ਲੈਂਦਾ। ਤੀਰਥ ਬਰਤ ਅਰ ਦਾਨ ਕਰ, ਮਨ ਮੈਂ ਧਰੈ ਗੁਮਾਨ, ਨਾਨਕ ਨੇ ਫੁੱਲ ਜਾਤ ਤਿਹ ਜਿਉਂ ਕੁੰਚਰ ਇਸ਼ਨਾਨ। ਹੰਕਾਰ ਜੇ ਕਰੇਗਾ ਸ਼ੁਭ ਕਰਮ ਵੀ ਵਿਅਰਥ ਨੇ ਤੇਰੇ। ਹੰਕਾਰੀ ਬੰਦਾ ਰੱਬ ਦਾ ਸ਼ਰੀਕ ਹੈ। ਕਿਸੇ ਗੱਲ ਦਾ ਵੀ ਹੰਕਾਰ ਹੈ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਪਰਮਾਤਮਾ ਨੂੰ ਪਾਉਂਦਾ ਨਹੀਂ। ਹਰ ਜੀਉ ਹੰਕਾਰ ਨਾ ਭਾਵਈ, ਬੇਦ ਕੂਕ ਸੁਣਾਵੈ। ਹਰ ਜੀਉ ਹੰਕਾਰ ਨਾ ਪਾਵਈ, ਬੇਦ ਕੂਕ ਸੁਣਾਵੈ। ਹੰਕਾਰ ਮੂਹੇ ਸੇਵੇ ਗਤੀ ਗਏ, ਮਰ ਜਨ ਮੈਂ ਫਿਰ ਆਵੈ। ਇਹਨੂੰ ਪਹਿੰਦੇ ਖਾਂ ਨੂੰ ਹੰਕਾਰ ਹੋ ਗਿਆ। ਕਾਲੇ ਖਾਂ ਨਾਂ ਲੈ ਕੇ 75,000 ਫੌਜ ਚੜ੍ਹ ਕੇ ਆ ਗਿਆ ਮਹਾਰਾਜ ਉੱਤੇ। ਕਰਤਾਰਪੁਰ ਜੰਗ ਹੋਇਆ। ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਾਦੀ ਨੂੰ ਅਜੇ 3-4 ਮਹੀਨੇ ਹੀ ਹੋਏ ਸੀ। ਮਾਤਾ ਨਾਨਕੀ 6ਵੇਂ ਪਾਤਸ਼ਾਹ ਮਹਾਰਾਜ ਦੇ ਮਹਿਲ, 9ਵੇਂ ਪਾਤਸ਼ਾਹ ਦੀ ਮਾਤਾ ਅਤੇ ਮਾਤਾ ਗੁਜਰੀ। ਮਾਂ ਆਪਣੇ ਪੁੱਤਰ ਦਾ ਜੰਗ ਦੇਖ ਰਹੀ ਹੈ 13 ਸਾਲ ਦੀ ਉਮਰ 'ਚ, ਅਤੇ ਮਾਤਾ ਗੁਜਰੀ ਆਪਣੇ ਪਤੀ ਦਾ ਜੰਗ ਦੇਖ ਰਹੀ ਜਿਹਨੂੰ ਅਜੇ ਕੁਛ ਮਹੀਨੇ ਵਿਆਹ ਨੂੰ ਹੋਏ ਨੇ, ਅਤੇ ਤੇਗੇ ਖੜਕ ਰਹੇ ਨੇ ਢਾਲਾਂ 'ਤੇ। ਨਾਮ ਹੀ ਤੇਗ ਬਹਾਦਰ ਨਹੀਂ, ਮਹਾਰਾਜ ਤੇਗ ਦੇ ਵੀ ਇੰਨੇ ਬਹਾਦਰ ਸੀ ਕਿ ਸਾਰਾ ਦਿਨ ਜੰਗ ਹੋਇਆ। ਮਾਤਾ ਨਾਨਕੀ ਜੀ ਨੇ
ਸੇਵਾਦਾਰ ਭੇਜਿਆ ਕਿ ਉਮਰ ਨਿਆਣੀ, ਅਜੇ 13 ਸਾਲ ਉਮਰ ਹੈ, ਸਵੇਰ ਦੇ ਜੰਗ ਕਰ ਰਹੇ ਨੇ, ਥੱਕ ਗਏ ਹੋਣਗੇ, ਉਹਨਾਂ ਨੂੰ ਕਹੋ ਤੁਸੀਂ ਵਾਪਸ ਆ ਜਾਓ। ਸੇਵਾਦਾਰ ਨੇ ਜਾ ਕੇ ਕਿਹਾ, ਮਾਤਾ ਜੀ ਨੇ ਕਿਹਾ ਸਵੇਰ ਦੇ ਜੰਗ ਕਰ ਰਹੇ ਹੋ, ਤੁਸੀਂ ਹੁਣ ਵਾਪਸ ਆ ਜਾਓ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਹਿੰਦੇ, ਸੂਰਮਾ ਦੋ ਗੱਲਾਂ ਕਰਕੇ ਜੰਗ 'ਚੋਂ ਵਾਪਸ ਆਉਂਦਾ ਹੈ, ਜਾਂ ਜੰਗ ਜਿੱਤ ਕੇ ਅਤੇ ਜਾਂ ਸ਼ਹੀਦ ਹੋ ਕੇ। ਕਦੇ ਕੰਡ ਦਿਖਾ ਕੇ ਜੰਗ 'ਚੋਂ ਆਏ ਨੂੰ ਸੂਰਮਾ ਨਹੀਂ ਕਹਿੰਦੇ। ਮਾਤਾ ਗੁਜਰੀ ਦਾ ਜੀਵਨ, ਦੁਨੀਆਂ ਦੀਆਂ ਮਾਵਾਂ ਦਾ ਜਦੋਂ ਜ਼ਿਕਰ ਆਇਆ ਕਿ ਕਿਹੜੀ ਕਿਹੜੀ ਮਾਂ ਦੁਨੀਆਂ ਵਿੱਚ ਉੱਤਮ ਹੋਈ ਹੈ, ਤਾਂ ਮਾਤਾ ਗੁਜਰੀ ਦਾ ਸਭ ਤੋਂ ਉੱਪਰ ਪਹਿਲਾ ਨੰਬਰ ਇੱਕੋ ਹੀ ਮਾਂ ਦੁਨੀਆਂ ਵਿੱਚ ਹੋਈ ਹੈ, ਜਿਹੜੀ ਅੱਜ ਦੀ ਪੜ੍ਹੀ ਲਿਖੀਆਂ ਬੀਬੀਆਂ ਵਾਸਤੇ, ਉਹਨਾਂ ਦੇ ਜੀਵਨ ਸੁਖੀ ਰੱਖਣ ਵਾਸਤੇ ਸਿੱਖਿਆ ਲੈਣੀ ਹੈ ਤਾਂ ਮਾਤਾ ਦੇ ਜੀਵਨ ਤੋਂ ਲੈਣੀ ਚਾਹੀਦੀ ਹੈ। 13 ਸਾਲ ਦੀ ਉਮਰ ਸੀ ਤਾਂ ਪਤੀ ਜੰਗ ਕਰ ਰਿਹਾ, ਕੋਠੇ 'ਤੇ ਖੜ ਕੇ ਦੇਖ ਰਹੇ ਨੇ। ਇਹ ਚੌਥਾ ਜੰਗ ਕਰਕੇ ਮਹਾਰਾਜ ਨੇ ਬਾਬਾ ਗੁਰਦਿੱਤਾ ਜੀ ਨੂੰ ਭੇਜਿਆ ਕੀਰਤਪੁਰ ਸਾਹਿਬ, ਕਿ ਇੱਥੇ ਕੋਈ ਨਾ ਕੋਈ ਸੂਬਾ ਨਵਾਬ ਲੰਘਦਾ, ਜੰਗ ਦਾ ਕਾਰਨ ਬਣਿਆ ਰਹਿੰਦਾ, ਉੱਥੇ ਜਾ ਕੇ ਜਗ੍ਹਾ ਦੇਖੋ, ਨਗਰ ਵਸਾਓ। ਕੀਰਤਪੁਰ ਸਾਹਿਬ ਚਲੇ ਗਏ ਬਾਬਾ ਗੁਰਦਿੱਤਾ ਜੀ, ਜਗ੍ਹਾ ਦੇਖ ਰਹੇ ਨੇ, ਇੱਕ ਪਾਸੇ ਦਰਿਆ ਹੈ ਸਤਲੁਜ, ਇੱਕ ਪਾਸੇ ਪਹਾੜ, ਮੈਦਾਨੀ ਇਲਾਕਾ, ਬੜੀ ਰਮਨੀਕ ਜਗ੍ਹਾ ਦੇਖ ਰਹੇ ਨੇ। ਪੀਰ ਬੁੱਢਣ ਸ਼ਾਹ, ਜਿਹਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦਰਸ਼ਨ ਹੋਏ, ਬੱਕਰੀਆਂ ਰੱਖਦਾ ਸੀ, ਇੰਨੀ ਬੰਦਗੀ ਇੰਨੀ ਕਮਾਈ ਸੀ ਕਿ ਇਹਦੀਆਂ ਬੱਕਰੀਆਂ ਸ਼ੇਰ ਚਾਰ ਕੇ ਲਿਆਉਂਦਾ ਹੁੰਦਾ। ਅੱਜ ਉਹ ਨਿੰਦਿਆ ਉਹ ਵੀ ਸੰਤਾਂ ਦੀ ਕਰਨ ਲੱਗ ਪੈਂਦੇ ਨੇ, ਇਹ ਲਓ ਜੀ ਹੁਣ ਬੋਰੀਆਂ ਚੱਕ ਲੈਣਗੇ ਜੀ, ਘਰਾਂ ਨੂੰ ਆ ਜਾਣਗੇ, ਜਾ ਕੇ ਦੇਖੋ ਬੋਰੀਆਂ ਤੁਹਾਡੀਆਂ ਲੱਗਦੀਆਂ ਕਿੱਥੇ ਨੇ। ਸਤਿਸੰਗ ਜੀ ਮਹਾਂਪੁਰਸ਼ ਬੈਠੇ ਨੇ ਸੰਗਤ ਦੇ ਵਿੱਚ, ਬਾਬਾ ਸੁੱਖਾ ਸਿੰਘ ਜੀ, ਜਿਨ੍ਹਾਂ ਨੇ ਸਾਰਾ ਜੀਵਨ ਗੁਰੂ ਕੀ ਸੰਗਤ ਦੀ ਸੇਵਾ 'ਤੇ ਸਮਰਪਿਤ ਕੀਤਾ ਹੋਇਆ। ਇੱਥੇ ਪਹਿਲਾਂ ਦੁਆਨ ਲੱਗਦੇ ਸੀ, ਛੋਟਾ ਦਰਬਾਰ ਸੀ, ਕਦੇ ਹਨੇਰੀ ਆ ਗਈ, ਕਦੇ ਮੀਂਹ ਆ ਗਿਆ, ਕਦੇ ਮਹਾਂਪੁਰਸ਼ਾਂ ਨੇ ਸੰਗਤਾਂ ਦੀ ਸਹੂਲਤ ਵਾਸਤੇ ਕਿੱਡੇ ਕਿੱਡੇ ਦੀਵਾਨ ਹਾਲ, ਇਮਾਰਤਾਂ, ਗੁਰੂ ਕੇ ਲੰਗਰ ਆਪਣੇ ਵਾਸਤੇ ਸਾਰੀ ਦੁਨੀਆ ਕਰਦੀ ਹੈ। ਪ੍ਰਸਾਦ ਸਿੰਘ ਜੀ ਇਹਨਾਂ ਦਾ ਜੀਵਨ ਦੂਜਿਆਂ ਵਾਸਤੇ, ਸਰਾਵਾਂ ਬਣਾਉਣੀਆਂ, ਆਹ ਹੁਣ ਮੋਰਚਾ ਚੱਲ ਰਿਹਾ, ਲੰਗਰ ਲਾਉਣੇ, ਜੇ ਅਸੀਂ ਕੋਈ ਦਾਣਾ ਦਿੱਤਾ ਹੈ ਤਾਂ ਸਾਡਾ ਸਫਲਾ ਹੈ। ਦਾਨ ਦਿਓ ਇਨਹੀਂ ਕੋ ਭਲੋ, ਔਰ ਕੋ ਦਾਨ ਨਾ ਲਾਗਤ ਨੀਕੋ, ਇੱਥੇ ਦਾਨ ਦਿੱਤਾ ਸਫਲਾ ਹੈ ਲੇਖੇ 'ਚ। ਪਰ ਇੱਕ ਬੇਨਤੀ ਹੈ,
ਸਾਡੇ ਭੇਖ ਵਿੱਚ ਵੀ ਇਹਨਾਂ ਦੇ ਨਾਂ ਲੈ ਕੇ ਵੀ ਬਹੁਤ ਸਾਰੀ ਦੁਨੀਆ ਸੰਗਤ ਨੂੰ ਗੁੰਮਰਾਹ ਵੀ ਕਰਦੀ ਹੈ, ਜਿਨ੍ਹਾਂ ਦਾ ਕਿਤੇ ਲੰਗਰ ਨਹੀਂ, ਕਿਤੇ ਕੋਈ ਸੇਵਾ ਨਹੀਂ ਸਮਾਜ ਦੀ, ਪੰਥ ਦੀ ਕੋਈ, ਉਹ ਵੀ ਸੰਗਤ ਨੂੰ ਗੁੰਮਰਾਹ ਕਰ ਰਹੇ ਨੇ। ਸੁਚੇਤ ਹੋਣਾ ਚਾਹੀਦਾ ਆਪਾਂ ਨੂੰ। ਕਈ ਥਾਵਾਂ 'ਤੇ ਗੱਲਾਂ ਹੋਈਆਂ, ਟਰੱਕ ਕਣਕ ਦਾ ਭਰਿਆ ਹੋਇਆ ਅਤੇ ਪਰਚੀਆਂ ਛਪਾਈਆਂ ਹੋਈਆਂ ਗੁਰੂ ਘਰ ਦੇ ਨਾਂ 'ਤੇ। ਸੰਗਤ ਕਹਿੰਦੀ ਗੁਰੂ ਘਰੋਂ ਆਏ ਨੇ, ਖਾਲੂ ਕਾਹਨੂੰ ਮੋੜਨਾ ਹੈ। ਕਈ ਵਾਰੀ ਸਾਡਾ ਕੀਤਾ ਦਾਨ ਵੀ ਪਾਪ ਦਾ ਕਾਰਨ ਬਣ ਜਾਂਦਾ ਹੈ, ਵਿਚਾਰ ਕਰ ਲੈਣੀ ਚਾਹੀਦੀ। ਅੱਜ ਕੱਲ੍ਹ ਤਾਂ ਹਰ ਇੱਕ ਦੇ ਕੋਲ ਮੀਡੀਆ ਹੈ, ਹਰ ਇੱਕ ਦੇ ਹੱਥ ਵਿੱਚ ਮੀਡੀਆ ਹੈ, ਫੋਨ ਹੈ, ਪਤਾ ਕਰ ਸਕਦੇ ਹਾਂ। ਅੱਜ ਵੀ ਗੁੰਮਰਾਹ ਕੀਤਾ ਜਾ ਰਿਹਾ, ਅੱਜ ਵੀ ਸੰਗਤਾਂ ਨੂੰ ਦੁਬਧਾ 'ਚ ਵੀ ਸਾਡਾ ਕੀਤਾ ਦਾਨ ਸਫਲਾ ਵੀ ਹੈ। ਦੇਖ ਕੇ ਕਰਨਾ ਹੈ ਕਿ ਜਿੱਥੇ ਸਾਡਾ ਕਿਸੇ ਲੰਗਰ 'ਚ ਲੱਗਿਆ, ਕਿਤੇ ਪਰਉਪਕਾਰ 'ਤੇ, ਕਿਤੇ ਸਮਾਜ ਦੀ ਸੇਵਾ 'ਚ ਲੱਗਦਾ ਤਾਂ ਉਹ ਸਫਲ ਹੈ, ਅਤੇ ਜਿਹੜਾ ਆਪਣੇ ਪਰਿਵਾਰ 'ਤੇ ਲੱਗਦਾ, ਆਪਣੇ ਕੁਟੰਬ 'ਤੇ ਲੱਗਦਾ, ਆਪਣੇ ਸੁੱਖਾਂ ਵਾਸਤੇ ਲੱਗਦਾ, ਉਹ ਤੁਹਾਡਾ ਕੀਤਾ ਦਾਨ ਵੀ ਪਾਪ ਦਾ ਕਾਰਨ ਬਣਦਾ ਹੈ। ਸੋ ਮਹਾਂਪੁਰਸ਼ਾਂ ਨੇ ਸੰਗਤਾਂ ਵਾਸਤੇ, ਗੁਰੂ ਘਰ ਵਾਸਤੇ ਸਥਾਨ ਬਣਾਉਣੇ, ਸਰਾਵਾਂ ਬਣਾਉਣੀਆਂ, ਲੰਗਰ ਚਲਾਉਣੇ, ਇਹ ਮਹਾਂਪੁਰਸ਼ਾਂ ਦੇ ਹਿੱਸੇ 'ਚ ਆਇਆ। ਪੀਰ ਬੁੱਢਣ ਸ਼ਾਹ ਦੀਆਂ ਬੱਕਰੀਆਂ ਸ਼ੇਰ ਚਾਰਦਾ ਹੁੰਦਾ ਸੀ। ਨਿੰਦਿਆ ਕਰਨ ਵਾਲਾ ਤਾਂ ਹਰ ਕੋ ਕਰ ਲੈਂਦਾ ਹੈ, ਪਰ ਇਹ ਅਚਰਜ ਜੀ ਕਥਾ ਹੈ। ਸ਼ੇਰ ਖਾਂਦਾ ਤਾਂ ਮਾਸ ਹੀ ਹੈ, ਪਰ ਉਹਨੂੰ ਸਭ ਤੋਂ ਚੰਗਾ ਬੱਕਰੀ ਦਾ ਮਾਸ ਲੱਗਦਾ ਹੈ। ਸਤਸੰਗ ਜੀ, ਸ਼ੇਰ ਮਾਸ ਹੀ ਖਾਂਦਾ ਹੈ, ਅਤੇ ਕਈਏ ਸਵਾਲ ਕਰਦੇ ਨੇ, ਇੱਥੇ ਖੜਾ ਸਾਡਾ ਵੀ ਧਰਮ, ਇੱਕੋ ਹੀ ਸਵਾਲ ਕਰਨਗੇ, ਖਾਣਾ ਚਾਹੀਦਾ ਜੇ ਨਹੀਂ ਖਾਣਾ ਚਾਹੀਦਾ, ਵੀ ਹੋਰ ਕੋਈ ਗੱਲ ਪੁੱਛਣ ਵਾਲੀ ਨਹੀਂ ਹੈ, ਕੋਈ ਸੇਵਾ ਦੀ ਗੱਲ, ਕੋਈ ਸਿਮਰਨ ਦੀ ਗੱਲ, ਕੋਈ ਬੰਦਗੀ ਦੀ, ਹੋਰ ਕੋਈ ਪੁੱਛਣ ਵਾਲੀ ਵੀ ਨਹੀਂ ਹੈ। ਬਸ ਇੱਥੇ ਖੜੇ ਹਾਂ ਜ਼ਬਾਨ 'ਤੇ ਹੀ, ਇੱਕੋ ਹੀ ਗੱਲ ਹੀ ਪੁੱਛਣੀ ਹੈ। ਸ਼ੇਰ ਮਾਸ ਖਾਂਦਾ ਹੈ, ਪਰ ਸਭ ਤੋਂ ਭੈੜੀ ਮੌਤ ਮਰਦਾ ਸ਼ੇਰ, ਜਦ ਉਹਦਾ ਅੰਤ ਆਉਂਦਾ ਹੈ। ਕਿਹੜਾ ਜਾਨਵਰ ਕਹਿੰਦਾ ਕਿਉਂ ਮਰ ਚੱਲਿਆ, ਚੱਲ ਮੈਨੂੰ ਖਾ ਲਿਆ, ਅੱਜ ਮੈਂ ਤੇਰੇ ਮੂੰਹ 'ਚ ਪੈ ਜਾਂਦਾ। ਤੁਰਨ ਫਿਰਨ ਜੋਗਾ ਨਹੀਂ ਰਹਿੰਦਾ, ਕਮਜ਼ੋਰ ਹੋ ਜਾਂਦਾ, ਵਿਲਕ ਵਿਲਕ ਕੇ ਮਰਦਾ, ਤੜਫ ਤੜਫ ਕੇ ਭੁੱਖਾ। ਕੌਣ ਆ ਕੇ ਉਹਦੇ ਮੂੰਹ 'ਚ ਪੈਂਦਾ ਵੀ ਤੂੰ ਤਾਂ ਖਾਂਦਾ ਹੁੰਦਾ ਸੀ, ਚੰਗਾ ਚੰਗਾ ਖਾ ਲੈਂਦਾ ਸੀ, ਖੂਨ ਪੀ ਲੈਂਦਾ ਸੀ, ਅਤੇ ਅੱਜ ਮੈਨੂੰ ਖਾ ਲਿਆ, ਕਿਉਂ ਮਰ ਚੱਲਿਆ। ਸਭ ਤੋਂ ਭੈੜੀ ਮੌਤ ਸ਼ੇਰ ਮਰਦਾ ਸਤਸੰਗ ਜੀ, ਜੰਗਲ 'ਚ ਜਿਹੜੇ ਸ਼ੇਰ ਰਹਿੰਦੇ ਨਾ, ਸਭ ਤੋਂ ਭੈੜੀ ਮੌਤ ਮਰਦੇ। ਇਹ ਜਿੰਨਾ ਚਿਰ ਇਹਨਾਂ ਨੂੰ ਰਸਾਂ ਨੂੰ ਨਹੀਂ ਛੱਡਦਾ, ਉਹਨਾਂ ਚਿਰ ਨਾਮ ਰਸ ਤੱਕ ਨਹੀਂ ਜਾ ਸਕਦਾ ਹੈ। ਨਾਮ ਰਸ ਪੀਆ ਰੇ, ਜੇ ਰਸ ਵਿਸਰ ਗਏ ਰਸ ਔਰ, ਇੱਕ ਰਸ ਹੈ, ਜ਼ਬਾਨ ਤੱਕ ਹੀ ਹੈ ਬਸ, ਇਸ ਤੋਂ ਅੱਗੇ ਵੀ ਕੋਈ ਰਸ ਨਹੀਂ ਹੈ। ਅਤੇ ਜੇ ਜ਼ਬਾਨ ਦੇ ਰਸਤੇ ਹੀ ਖੜ੍ਹਾ ਹੈ, ਜੇ ਉਹ ਨਾਮ ਰਸ ਤੱਕ ਜਾ ਹੀ ਨਹੀਂ ਸਕਦਾ ਹੈ, ਇਹਨੂੰ ਛੱਡਣੇ ਪੈਣਗੇ।
ਵਿਖੇ ਬਨ ਫੀਕਾ ਤਿਆਗਰੀ ਸਖੀਏ ਨਾਮ ਮਹਾਰਸ ਪੀਓ ਬਿਨ ਰਸ ਚਾਖੇ ਬੁੱਢਗੀ ਸਗਰੀ ਸੁਖੀ ਨਾ ਹੋਵਤ ਜੀਓ। ਜਿਹਨੇ ਨਾਮ ਰਸ ਚੱਖਣਾ ਉਹਨਾਂ ਦਾ ਤਾਂ ਸਾਹ ਸਾਂਝੀ ਭੋਜਨ ਵੀ ਲੂਣਾ ਹੁੰਦਾ ਹੈ, ਥੋੜ੍ਹਾ ਅਤੇ ਫਿੱਕਾ। ਉਹਨਾਂ ਨੇ ਦੁਨੀਆਂ ਦੇ ਰਸ ਛੱਡ ਕੇ ਨਾਮ ਰਸ ਨੂੰ ਪ੍ਰਾਪਤ ਕਰਨਾ ਹੁੰਦਾ। ਸਵਾਲ ਅਜੇ ਸਾਡਾ ਜ਼ਬਾਨ 'ਤੇ ਖੜ੍ਹਾ ਹੈ ਅਤੇ ਅਗਾਂਹ ਅਸੀਂ ਤਰੱਕੀ ਕੀ ਕਰ ਲੈਣੀ ਹੈ, ਅਗਾਂਹ ਪ੍ਰਾਪਤੀ ਕੀ ਕਰ ਲੈਣੀ ਹੈ ਸਤਸੰਗ ਜੀ। ਇਹ ਸ਼ੇਰ ਬੱਕਰੀਆਂ ਚਾਰਦਾ ਹੁੰਦਾ ਸੀ ਪੀਰ ਬੁੱਢਣ ਸ਼ਾਹ ਦੀਆਂ। ਹੁਣ ਜਿਹਦੇ ਜਵਾਕ ਆਪਣੇ ਆਖੇ ਨਹੀਂ ਲੱਗਦੇ ਉਹ ਸੰਤਾਂ ਦੀ ਨਿੰਦਿਆ, ਜਿਹੜੀ ਸਟੇਜ 'ਤੇ ਕਿਸੇ ਮਹਾਤਮਾ ਦੀ ਨਿੰਦਿਆ ਨਹੀਂ ਹੁੰਦੀ ਅਸੀਂ ਉਹਨੂੰ ਗੁਰਮਤ ਦਾ ਪ੍ਰਚਾਰ ਹੀ ਨਹੀਂ ਅੱਜ ਕੱਲ੍ਹ ਸਮਝਦੇ। ਅਤੇ ਸਿੱਖ ਗੁਰੂ ਦੀ ਜੂਰੀ 'ਚ ਬਹਿ ਕੇ ਕਿਸੇ ਸਿੱਖ ਦੀ ਵਕੀਲੀ ਕਰ ਰਿਹਾ ਹੈ। ਅੱਜ ਇਹ ਸਾਡੇ 'ਚ ਭਰਾ ਮਾਰੂ ਜੰਗ ਚੱਲਿਆ ਹੋਇਆ। ਜਿਹੜਾ ਪੈਦਾ ਹੋਇਆ ਜੀਵ ਕਿਹਦੇ ਵਿੱਚ ਘਾਟ ਨਹੀਂ ਹੈ, ਇੱਕ ਪਰਮਾਤਮਾ ਜਿਹੜਾ ਪੂਰਾ ਹੈ, ਕੋਈ ਨਾ ਕੋਈ ਘਾਟ ਸਾਰਿਆਂ ਵਿੱਚ ਹੈ। ਅਤੇ ਜੇ ਅਸੀਂ ਇਹੀ ਗੱਲਾਂ ਦੇਖਣੇ, ਲੋਕ ਅਵਗੁਣਾਂ ਕੀ ਬੰਨੈ ਗੰਠੜੀ, ਗੁਣ ਨਾ ਬਿਹਾਜੈ ਕੋਈ, ਗੁਣ ਕਾ ਗਾਹਕ ਨਾਨਕਾ ਵਿਰਲਾ ਕੋਈ ਹੋਏ। ਪਖੰਡ ਨੂੰ ਤਾਂ ਪਖੰਡ ਹੀ ਕਹਿਣਾ ਚਾਹੀਦਾ, ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਰੀ ਸਾਰੀ ਜ਼ਿੰਦਗੀ ਗੁਰੂ ਘਰ ਦੀ ਸੇਵਾ 'ਤੇ ਲਾਈ ਹੈ, ਆਪ ਜਪਿਆ ਅਤੇ ਜਪਾਇਆ ਲੱਖਾਂ ਪ੍ਰਾਣੀਆਂ ਨੂੰ, ਬਾਬਾ ਅਤਰ ਸਿੰਘ ਜੀ ਮਸਤਵਾਣਾ ਸਾਹਿਬ, ਜਦ ਮਾਲ ਵਿੱਚ ਸਿੱਖਾਂ ਨੇ ਹੁੱਕੀਆਂ ਰੱਖ ਲਈਆਂ ਘਰਾਂ 'ਚ, ਵਿਚਾਲਿਓ ਸਿਰ ਮੁੰਨ ਲਏ, ਉਦੋਂ ਪ੍ਰਚਾਰ ਕੀਤਾ। ਜਦੋਂ ਵਿੱਦਿਆ ਨਹੀਂ ਸੀ, ਜਿਹੜੇ ਪਿੰਡ 'ਚ ਦੁਆ ਲਾਉਂਦੇ ਸੀ ਸਵੇਰ ਨੂੰ ਸੈਂਕੜੇ ਪ੍ਰਾਣੀ ਅੰਮ੍ਰਿਤ ਛਕ ਲੈਂਦੇ ਸੀ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਗੁਰਮੁਖ ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇੱਕ ਇੱਕ ਮਹਾਤਮਾ ਨੇ ਲੱਖਾਂ ਲੱਖਾਂ ਪ੍ਰਾਣੀਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਜੋੜਿਆ। ਨਿੰਦਿਆ ਉਹ ਵੀ ਕਰ ਲੈਂਦੇ ਨੇ, ਆਪ ਆਪਣਾ ਦੇਹ ਚਰੂ ਭਰ ਪਾਣੀ, ਤੇਹ ਨਿੰਦਾ ਜਹਿ ਗੰਗਾ ਆਣੀ। ਇਹ ਅਚਰਜ ਕਥਾ ਹੈ ਵੈਸੇ, ਜਿਹੜੀ ਗੱਲ ਨਹੀਂ ਆਪਾਂ ਸੋਚ ਸਕਦੇ ਉਹ ਵੀ ਕਰ ਦਿੰਦੇ ਆ। ਸਾਧ ਜਨਾ ਕੀ ਅਚਰਜ ਕਥਾ, ਅਚਰਜ ਕਥਾ। ਅਗਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹੇ ਸੋ ਮੁਕਤਾ ਹੋਏ, ਸੁਨ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ, ਅਚਰਜ ਕਥਾ। ਅਚਰਜ ਹੈ ਵੀ ਬੱਕਰੀਆਂ ਵੀ ਸ਼ੇਰ ਚਾਰਦੇ ਰੱਬ ਦੇ ਬੰਦਗੀ ਵਾਲਿਆਂ ਦੀਆਂ। ਸ਼ੇਰ ਦੀ ਸਵਾਰੀ ਕਰਦਾ ਸੁੰਦਰ ਸ਼ਾਹ ਦਿਓ ਨਗਰ ਦੇ ਵਿੱਚ, ਛੇਵੇਂ ਪਾਤਸ਼ਾਹ ਫੌਜਾਂ ਸਮੇਤ ਗਏ। ਇਹ ਸ਼ੇਰ 'ਤੇ ਚੜ੍ਹ ਕੇ ਆਇਆ ਪ੍ਰਭਾਵ ਪਾਉਣ ਵਾਸਤੇ। ਡਰ ਜਾਣਗੇ ਮਹਾਰਾਜ, ਜਦ ਨੇੜੇ ਆਇਆ ਮਹਾਰਾਜ ਨੇ ਦੇਖਿਆ ਸ਼ੇਰ ਵੱਲ, ਉੱਥੇ ਆਕੜਿਆ ਖੜਿਆ ਬੜੀਆਂ ਚਾਬਕਾਂ ਮਾਰਦਾ, ਨਹੀਂ ਹਿੱਲਿਆ। ਉਤਰਿਆ ਸੁੰਦਰ ਸ਼ਾਹ, ਜੰਗਲ ਨੂੰ ਦੌੜ ਗਿਆ ਸ਼ੇਰ, ਹੰਕਾਰ ਥੱਲੇ ਆ ਗਿਆ। ਪਰ ਸੱਪ ਕੁੰਜ ਛੱਡ ਦਿੰਦਾ, ਪਰ ਸੱਪ ਕੁੰਜ ਛੱਡ ਬਿੱਖ ਨਹੀਂ ਛੱਡ।
ਘਿਓ ਕੱਢ ਲਈਦਾ ਚਾਟੀ 'ਚੋਂ, ਪਰ ਥੰਧਿਆਈ ਚਾਟੀ 'ਚੋਂ ਨਹੀਂ ਨਿਕਲਦੀ ਹੁੰਦੀ। ਥੱਲੇ ਤਾਂ ਆ ਗਿਆ ਪਰ ਅਜੇ ਵਿਸ ਘੋਲੀ ਜਾਂਦਾ ਹੈ। ਕਲਗੀ ਲੱਗੀ ਹੈ ਸੀਸ ਦੇ ਉੱਤੇ, ਐਡਾ ਕੀਮਤੀ ਹੀਰਾ, ਗਲ 'ਚ ਮਾਲਾ ਪਾਈਆਂ ਨੇ ਕੀਮਤੀ ਮੋਤੀਆਂ ਦੀਆਂ, ਕੀਮਤੀ ਪੁਸ਼ਾਕ ਪਾਈ ਹੋਈ ਹੈ, ਦੋ ਤਲਵਾਰਾਂ ਪਹਿਨੀਆਂ ਹੋਈਆਂ ਨੇ, ਕੋਲ ਪੁੱਤਰ ਬੈਠੇ ਨੇ, ਇੱਧਰ ਮਹਿਲ ਬੈਠੇ ਨੇ। ਸ਼ੰਕਾ ਕਰਿਆ, ਪੀਰ ਕੀ ਅਤੇ ਮਾਇਆ ਕੀ, ਪੀਰ ਕੀ ਅਤੇ ਪੁੱਤਰ ਕੀ, ਪੀਰ ਕੀ ਅਤੇ ਘਰ ਵਾਲੀ ਕੀ। ਫਿਰ ਬਿਨਾਂ ਇਸਲਾਮ ਮੱਤ ਤਾਂ ਕੋਈ ਪੀਰ ਹੋਇਆ ਨਹੀਂ। ਮਹਾਰਾਜ ਕਹਿੰਦੇ, ਦੌਲਤ ਗੁਜਰਾਨ, ਪੁੱਤਰ ਨਿਸ਼ਾਨ, ਇਸਤਰੀ ਅਮਾਨ, ਪੀਰ ਹਿੰਦੂ ਨਾ ਮੁਸਲਮਾਨ। ਅਵਸਥਾ ਦਾ ਨਾਂ ਹੈ, ਕਿਸੇ ਮਜ਼ਹਬ ਦੇ ਵਿੱਚ ਅਵਸਥਾ ਉਹ ਪ੍ਰਾਪਤ ਹੋ ਜਾਏ ਮੰਜ਼ਲੇ ਮਾਰਫਤ, ਜਿਵੇਂ ਐਜੂਕੇਸ਼ਨ ਦੀਆਂ ਚਾਰ ਮੰਜ਼ਲਾਂ ਨੇ, ਪ੍ਰਾਇਮਰੀ, ਮੈਟ੍ਰਿਕ, BA, MA, ਅੱਗੇ ਫਿਰ ਡਿਗਰੀਆਂ ਸ਼ੁਰੂ ਹੋ ਜਾਂਦੀਆਂ। ਮੰਜ਼ਲੇ ਸ਼ਰੀਅਤ, ਮੰਜ਼ਲੇ ਤਰੀਕਤ, ਮੰਜ਼ਲੇ ਹਕੀਕਤ, ਮੰਜ਼ਲੇ ਮਾਰਫਤ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇੱਧਰ ਵੀ ਚਾਰ ਹੀ ਨੇ ਸਾਧ ਸੰਗਤ ਜੀ, ਜਿਹੜੇ ਰਸਤੇ ਤੁਰੋਂਗੇ, ਇੱਧਰ ਨੂੰ ਕਰਨਾਲ ਵੱਲ ਤੁਰੋਂਗੇ, ਬੜੇ ਹੀ ਤੁਹਾਨੂੰ ਇੱਧਰ ਤੁਰੇ ਜਾਂਦੇ ਮਿਲਣਗੇ, ਗੱਡੀਆਂ ਅਤੇ ਮੋਟਰਸਾਈਕਲਾਂ 'ਤੇ। ਇੱਧਰ ਨੂੰ ਜਾਓਗੇ, ਇੱਧਰ ਵੀ ਬੜੇ ਮਿਲ ਪੈਣਗੇ। ਇੱਧਰ ਨੂੰ ਜਾਓਗੇ ਆ ਪੁੰਡਰੀ ਵੱਲ, ਇੱਧਰ ਵੀ ਤੁਹਾਨੂੰ ਮਿਲ ਪੈਣਗੇ ਪਾਂਧੀ। ਜਿਹੜੇ ਰਾਹ ਤੁਰ ਪਾਓਗੇ, ਬੰਦਗੀ ਕਰਨ ਵਾਲਿਆਂ ਨੂੰ ਬੰਦਗੀ ਵਾਲੇ ਬੜੇ ਮਿਲਦੇ ਨੇ, ਅਜੇ ਵੀ ਬੜੇ ਮਿਲਦੇ ਨੇ ਸਾਧ ਸੰਗਤ, ਬਹੁਤ ਨੇ ਅਜੇ। ਠੀਕ ਹੈ, ਮਾਇਆ ਦਾ, ਪਦਾਰਥਾਂ ਦਾ ਪ੍ਰਭਾਵ ਪਿਆ ਬੜਾ ਜ਼ਿਆਦਾ, ਪਰ ਅੱਜ ਵੀ ਬੜੇ ਨਿਤਨੇਮ ਹੀ ਮਿਲਦੇ। ਪੁੱਛੇ ਨਿਤਨੇਮ, ਬਸ ਗੁਰੂ ਮਹਾਰਾਜ ਜਿੰਨਾ ਕੁ ਕਰਾਉਂਦੇ ਨੇ, ਅਤੇ ਕਿਸੇ ਦੇ 25 ਪਾਠ ਨਿਤਨੇਮ ਰੋਜ਼ ਹੈ, ਕਿਸੇ ਦੇ 50 ਪਾਠ ਜਪਜੀ ਸਾਹਿਬ ਦੇ ਅਜੇ ਵੀ ਰੋਜ਼। ਬਾਣੀ ਵਿਚਾਰ ਕੇ ਪੜ੍ਹੋ, ਬਾਣੀ ਵਿਚਾਰ ਕੇ ਪੜ੍ਹੋ। ਅੱਜ ਤੱਕ ਕੋਈ ਮਾਈ ਦਾ ਲਾਲ ਇਹਨੂੰ ਵਿਚਾਰ ਨਹੀਂ ਸਕਿਆ ਸਮੱਗਰ ਰੂਪ ਦੇ ਵਿੱਚ। ਇਹਨੂੰ ਜਿੰਨਾ ਪੜ੍ਹੀ ਜਾਓਗੇ, ਓਨਾ ਹੀ ਮਹੱਤਵ ਵੱਧਦਾ ਚਲਿਆ ਜਾਏਗਾ। ਅੱਜ ਜਿਨ੍ਹਾਂ ਦੀ ਫੋਟੋ ਤਾਂ ਵੀ ਅਜੇ ਲੋਕ ਡਰੀ ਜਾਂਦੇ ਆ ਨਾ, ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਇਹ ਦੁਨਿਆਵੀ ਵਿੱਦਿਆ ਪੜ੍ਹੀ 8ਵੀਂ ਕਲਾਸ ਤੱਕ ਨੇ। 101 ਪਾਠ ਜਪਜੀ ਸਾਹਿਬ ਦਾ ਰੋਜ਼ ਨਿਤਨੇਮ, ਅਤੇ ਦੁਨੀਆ ਦਾ ਸਭ ਤੋਂ ਪੜ੍ਹਿਆ ਲਿਖਿਆ ਜੇਠ ਮਲਾਨੀ ਇੱਕ ਗੱਲ ਦਾ ਜਵਾਬ ਨਹੀਂ ਦੇ ਸਕਿਆ ਹੈ, ਕਰਮ ਖੰਡ ਕੀ ਬਾਣੀ ਜ਼ੋਰ। ਜਿੰਨਾ ਅਭਿਆਸ ਕਰੋਗੇ ਓਨਾ ਹੀ ਗੁਰੂ ਦੀ ਕਿਰਪਾ। ਅੱਜ ਸਾਨੂੰ ਅਭਿਆਸ ਤੋਂ ਹਟਾਉਣ ਦੇ ਤਰੀਕੇ ਨੇ, ਵਿਚਾਰ ਕੇ ਪੜ੍ਹੋ ਜੀ, ਆਪਣੇ ਆਪ ਵੀ ਪੜ੍ਹੋ ਜੀ। ਸੱਚੇ ਪਾਤਸ਼ਾਹ ਨੇ ਟਕਸਾਲਾਂ ਬਣਾਈਆਂ ਵੀ ਪੜ੍ਹੋ, ਫਿਰ ਤੁਹਾਨੂੰ ਪਤਾ ਲੱਗੇ। ਠੀਕ ਹੈ, ਵਿਚਾਰ ਕੇ ਜਿੰਨਾ ਵਿਚਾਰਿਆ ਜਾਏ ਥੋੜ੍ਹਾ ਹੈ, ਪਰ ਇਹਨੂੰ ਅੱਜ ਤੱਕ ਸਮੱਗਰ ਰੂਪ ਦੇ ਵਿੱਚ ਕੋਈ ਨਹੀਂ ਵਿਚਾਰ ਸਕਿਆ। 1 ਮਹੀਨਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮੂਲ ਮੰਤਰ ਦੇ ਅਰਥ ਕਰਦੇ ਰਹੇ 1 ਮਹੀਨਾ, ਅਤੇ ਕਹਿਣ ਲੱਗੇ ਸਾਧ ਸਿੰਘ ਜੀ, ਕਈ ਜਨਮ ਧਾਰ ਕੇ ਵੀ ਅਸੀਂ ਅਰਥ ਕਰਦੇ ਰਹੀਏ ਤਾਂ ਮੂਲ ਮੰਤਰ ਦੇ ਅਰਥ ਹੀ ਨਹੀਂ ਕਰ ਸਕਦੇ। ਇਹ ਬੇਅੰਤ ਦੀ ਬਾਣੀ ਹੈ, ਜਿਹੜਾ ਇਹਨੂੰ ਪੜ੍ਹਦਾ, ਸੁਣਦਾ, ਕਥਾ ਕਰਦਾ, ਕੀਰਤਨ ਕਰਦਾ, ਉਹਨੂੰ ਬੇਅੰਤ ਵਿੱਚ ਲੈ ਜਾਂਦੀ ਹੈ। ਜਿਸ ਤਰ੍ਹਾਂ ਵੀ ਅਭਿਆਸ ਹੋ ਸਕੇ ਵੱਧ ਤੋਂ ਵੱਧ ਕਰਨਾ ਚਾਹੀਦਾ। ਅੱਜ ਸਾਨੂੰ ਹਟਾਇਆ ਜਾ ਰਿਹਾ, ਅਭਿਆਸ ਤੋਂ ਹਟਾਇਆ ਜਾ ਰਿਹਾ।
ਅਤੇ ਹੋਰ ਪਾਸੇ ਲਾਇਆ ਜਾ ਰਿਹਾ। ਜਿੰਨਾ ਜਿੰਨਾ ਅਭਿਆਸ ਕਰੋਗੇ ਓਨੀ ਓਨੀ ਕਿਰਪਾ ਅੱਜ ਵੀ ਮਿਲਦੇ ਨੇ ਬੜੇ ਸਤਸੰਗ ਜੀ, ਰੱਬ ਦੇ ਮਾਰਗ ਦੇ ਪਾਂਧੀ ਬੜੇ ਮਾਈ ਭਾਈ ਅੱਜ ਵੀ ਚੱਲੇ ਹੋਏ ਨੇ ਉਸ ਰਸਤੇ ਨੂੰ। ਕੋਈ ਮੂਲ ਮੰਤਰ ਦੇ ਅਭਿਆਸ ਕਰੀ ਜਾਂਦਾ ਹੈ। ਇੱਕ ਘਟਨਾ ਸਾਨੂੰ ਇੱਕ ਸਿੰਘ ਨੇ ਸੁਣਾਈ ਕਿ ਮੁਹੰਮਦ ਸਾਹਿਬ ਦੀ 70ਵੀਆਂ ਸਮੰਸ ਜਾਂ ਘੱਟ ਵੱਧ ਹੋਣੀ ਹੈ, ਉਹਦੇ ਵਿੱਚ ਪ੍ਰਤੱਖ ਕਰਾਮਾਤਾਂ ਵਰਤਦੀਆਂ ਸੀ, ਉਹਦੇ ਦਰਸ਼ਨ ਕਰਨ ਜਾਂਦੇ ਸੀ ਈਸਾਈ, ਉਹ ਈਸਾ ਮਸੀਹ ਦਿਸਦਾ ਸੀ ਉਹਨਾਂ ਨੂੰ, ਹਿੰਦੂ ਵੀਰ ਜਾਂਦਾ ਸੀ ਭਗਵਾਨ ਰਾਮ ਚੰਦਰ ਦਿਸਦੇ ਸੀ ਉਹਨਾਂ, ਜੇ ਕੋਈ ਸਲਾਮ ਮੱਤ ਵਾਲਾ ਜਾਂਦਾ ਤਾਂ ਮੁਹੰਮਦ ਸਾਹਿਬ ਦੇ ਦਰਸ਼ਨ ਹੁੰਦੇ, ਜੇ ਕੋਈ ਸਿੱਖ ਤੁਰ ਜਾਂਦਾ ਤਾਂ ਉਹਨੂੰ ਗੁਰੂ ਨਾਨਕ ਦੇ ਮਾਰ ਦੇ ਸਰੂਪ ਦੇ, ਦੁਨੀਆ ਤੁਰੀ ਹੋਈ ਉੱਧਰ ਨੂੰ। ਇੱਕ ਗੁਰੂ ਕਾ ਸਿੱਖ ਅੰਮ੍ਰਿਤਧਾਰੀ ਮੂਲ ਮੰਤਰ ਦਾ ਅਭਿਆਸ ਕਰਦਾ ਸੀ, ਬੜਾ ਲੰਮਾ ਸਮਾਂ ਮੂਲ ਮੰਤਰ ਦਾ ਅਭਿਆਸ ਕਰੀ ਗਿਆ। ਉਹਨੂੰ ਕਹਿੰਦੇ ਵੀ ਚੱਲ ਤੂੰ ਵੀ, ਕਹਿੰਦਾ ਵੀ ਮੈਂ ਤਾਂ ਇੱਕੋ ਦੇ ਦਰਸ਼ਨ ਕਰਨਾ ਉਹਨਾਂ, ਮੈਂ ਤਾਂ ਕਦੀ ਨਹੀਂ ਗਿਆ ਕਿਤੇ। ਕਹਿੰਦੇ ਚੱਲ ਤੂੰ ਕਿਹੜਾ ਉੱਥੇ, ਆਪਾਂ ਨਹੀਂ ਗੱਲ ਮੰਨਣੀ ਤਾਂ ਜਾਣ ਤਾਂ ਕੋਈ ਇਤਰਾਜ਼ ਨਹੀਂ, ਚਲਿਆ ਗਿਆ। ਬਾਕੀ ਸਾਰੇ ਪੌਂਡ ਰੱਖ ਰੱਖ ਰਹੇ, ਮੱਥਾ ਟੇਕ ਰਹੇ ਨੇ ਉਹਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੂੰ ਚੰਗੀ ਜਿਹੀ ਨੈਣ ਲੱਗੀ ਗੱਲ ਵੀ ਦੂਰੋਂ ਫਤਿਹ ਬੁਲਾ ਤੀ, ਸਿੰਘ ਨੂੰ ਹੁਕਮ ਹੈ ਗੁਰੂ ਦੀ ਫਤਿਹ ਬੁਲਾਉਣੀ ਚਾਹੀਦੀ। ਉਹ ਜਾਓ ਸਿੱਖਾ ਖਾਣਾ ਖਾ ਲਿਆ ਜਾ, ਕਹਿੰਦਾ ਜੀ ਮੈਂ ਖਾ ਕੇ ਆਇਆ ਘਰੋਂ। ਉਹਨੇ ਜਦੋਂ ਦੇਖਿਆ ਨਾ ਗੁਰਸਿੱਖ ਵੱਲ, ਸਿੱਖ ਦੇ ਇੱਕ ਵਾਰੀ ਤਾਂ ਹੱਥ ਪੈਰ ਝੂਠੇ ਜਿਹੇ ਹੋਏ, ਸੋਚਿਆ ਵੀ ਇਹਦਾ ਤਾਂ ਪ੍ਰਭਾਵ ਪੈ ਰਿਹਾ ਮੇਰੇ 'ਤੇ। ਅਰਦਾਸ ਕੀਤੀ, ਸੱਚਿਆ ਪਾਤਸ਼ਾਹ ਮੈਂ ਤੇਰਾ ਬਾਣਾ ਪਾਇਆ ਗੁਰਸਿੱਖੀ ਵਾਲਾ, ਅਤੇ ਜੇ ਇਹਦਾ ਮੇਰੇ 'ਤੇ ਪ੍ਰਭਾਵ ਪੈ ਗਿਆ ਨਾ, ਤਾਂ ਫਿਰ ਤੇਰਾ ਹੋਣ ਦਾ ਕੀ ਫਾਇਦਾ ਮੈਨੂੰ। ਕਾਇਮ ਹੋ ਗਿਆ ਗੁਰੂ ਦਾ ਸਿੰਘ। ਫਿਰ ਦੇਖਿਆ ਸਿੰਘ ਨੇ ਉੱਧਰ ਸਟੇਜ 'ਤੇ ਬੈਠਾ, ਸਪਾਲ ਗਿਆ ਥੱਲੇ, ਬੇਸੁਰਤ ਹੋ ਗਿਆ, ਚੱਕ ਕੇ ਹਸਪਤਾਲ ਲੈ ਗਏ। ਦੂਜੇ ਦਿਨ ਸੁਰਤ ਆਈ, ਕਹਿੰਦਾ ਵੀ ਉਹ ਸਿੱਖ ਨੂੰ ਲੈ ਕੇ ਆਓ ਜਿਹੜਾ ਕੱਲ ਸੰਗਤ ਦੇ ਵਿੱਚ ਆਇਆ ਸੀ। ਲੱਭਿਆ ਉਹ ਸਿੱਖ, ਆਪਣਾ ਜੋੜਾ ਵੀ ਛੱਡ ਕੇ, 20-25 ਪਾਉਂਡ ਦਾ ਉਹਨੇ ਨਵਾਂ ਲਿਆ ਹੋਣਾ, ਵੀ ਇੱਥੇ ਲੋਕਾਂ ਦੀ ਭੀੜ ਹੈ, ਇਹਨਾਂ ਨੇ ਆਖਣਾ ਸਾਡੇ ਗੁਰੂ ਨੂੰ ਬਾਬੇ ਨੂੰ ਪਤਾ ਨਹੀਂ ਕੀ ਕਰਿਆ ਇਹਨੇ, ਮੈਨੂੰ ਇਹਨਾਂ ਨੇ ਗਿੱਦੜ ਕੁੱਟ ਮਾਰ ਕੇ ਮਾਰ ਦੇਣਾ। ਦੌੜ ਗਿਆ ਛੱਡ ਕੇ, ਜੋੜਾ ਹੀ ਦੌੜ ਗਿਆ ਸੀ ਉਹ। ਉਹ ਕਹਿੰਦਾ ਵੀ ਮੈਂ ਨਹੀਂ ਜਾਣਾ ਉੱਥੇ, ਬਹੁਤਾ ਕਿਹਾ ਚੱਲ। ਉਹਨੇ ਸਾਰੇ ਬਾਹਰ ਕੱਢ ਦਿੱਤੇ, ਹੱਥ ਜੋੜ ਕੇ ਕਹਿੰਦਾ ਸਿੱਖਾ ਤੇਰਾ ਗੁਰੂ ਕੌਣ ਹੈ? ਅਸੀਂ ਸਤਸੰਗ ਜੀ ਭੁੱਲੇ ਫਿਰਦੇ ਹਾਂ, ਸਿੱਖ ਹੋ ਕੇ ਮੁਸਲਮਾਨਾਂ ਕੋਲ ਤੁਰੇ ਫਿਰੇ, ਹੱਥ ਜੋੜ ਆ ਕਿਰਪਾ ਕਰਿਆ ਜੇ ਮੀਆਂ ਜੀ, ਤੇਰੇ 'ਤੇ ਕਰੇਗਾ ਕਿਰਪਾ ਮੀਆਂ ਜ਼ਰੂਰ, ਬਣਾਏਗਾ ਤੇਰੀਆਂ ਡੈਰੀਆਂ, ਜਿਹੜਾ ਆਪ ਮੁੱਲ ਲੈ ਕੇ ਪੀਂਦਾ ਫਿਰਦਾ। ਪਤਾ ਨਹੀਂ ਕੀ ਪੁੱਠੀ ਪਈ ਹੈ ਸਾਨੂੰ, ਕੋਈ ਫੂਕਾਂ ਵਾਲਿਆਂ ਕੋਲ, ਕੋਈ ਤਵੀਤਾਂ ਵਾਲਿਆਂ ਕੋਲ, ਧਾਗੇ ਵਾਲਿਆਂ ਕੋਲ, ਕੋਈ ਮੰਤਰ ਵਾਲਿਆਂ ਕੋਲ, ਕੋਈ ਥਾਂ ਤਾਂ ਛੱਡ ਦਿਆ ਕਰੋ। ਇੱਥੇ ਵਿੱਚ ਹੀ ਬੈਠੇ ਨੇ, ਕਿਸੇ ਨੇ ਐਤਵਾਰ ਜਾਣਾ, ਕਿਸੇ ਨੇ ਸ਼ਨੀਵਾਰ ਜਾਣਾ, ਕਿਸੇ ਨੇ ਮੰਗਲ, ਸਾਰੇ ਵਾਰ ਇਹਨਾਂ ਨੂੰ ਯਾਦ ਨੇ ਵੀ ਅੱਜ ਐਤਵਾਰ ਨਾ ਲੰਘ ਜਾਏ, ਇੱਥੇ ਰੋਜ਼ ਆ ਜਾਇਆ ਕਰ ਮਰਦੇ ਚਰਨਾਂ 'ਚ। ਇਹ ਸਾਹਿਬ ਮੇਰਾ ਨੀਤ ਨਵਾਂ, ਇੱਥੇ ਐਤਵਾਰ ਮੰਗਲਵਾਰ ਨਹੀਂ, ਇੱਥੇ ਰੋਜ਼ ਹੀ ਹਾਜ਼ਰੀ ਲੱਗਦੀ ਹੈ ਤੇਰੀ। ਕਹਿੰਦਾ ਸਿੱਖਾ ਗੁਰੂ ਕੌਣ ਹੈ ਤੇਰਾ? ਉਹ ਕਹਿੰਦਾ ਵੀ ਜੇ ਮੇਰੇ ਗੁਰੂ ਦੀ ਗੱਲ ਕਰਨੀ ਹੈ ਫਿਰ ਤਿਆਰੀ ਕਰ, ਕਸ਼ਹਿਰੇ ਸਵਾਦ ਦੋ ਨਵੇਂ, ਪੰਜ ਕਕਾਰ, ਕੰਘਾ ਕੜਾ ਕਿਰਪਾਨ, ਕਸ਼ਹਿਰਾ, ਫਿਰ ਚੱਲ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ,
ਪੰਜ ਪਿਆਰੇ ਫਿਰ ਤੈਨੂੰ ਗੁਰਮੰਤਰ ਗੁਰ ਉਪਦੇਸ਼ ਦੇਣਗੇ। ਕਹਿੰਦਾ ਇਹ ਮੈਂ ਕਰ ਨਹੀਂ ਸਕਦਾ, ਕਹਿੰਦਾ ਮੈਂ ਫਿਰ ਤੈਨੂੰ ਦੱਸ ਨਹੀਂ ਸਕਦਾ, ਕਿਉਂਕਿ ਮੇਰੇ ਗੁਰੂ ਤਾਂ ਪੰਜ ਪਿਆਰੇ ਉਪਦੇਸ਼ ਦੇਣਗੇ ਗੁਰੂ ਗ੍ਰੰਥ ਸਾਹਿਬ ਜੀ ਦੀ। ਅਸੀਂ ਕਿਸੇ ਦੇ ਸਿੱਖ ਨਹੀਂ, ਗੁਰੂ ਦੇ ਸਿੱਖ ਹਾਂ। ਵੱਡੇ ਵੱਡੇ ਪੈਗੰਬਰ ਅੱਜ ਵੀ ਸਿੱਖ ਦਾ ਅਸਰ ਕਬੂਲਦੇ ਆ। ਸਾਡਾ ਬਾਣੀ ਤੋਂ ਵਿਸ਼ਵਾਸ ਉੱਠਿਆ, ਪੜ੍ਹਦੇ ਜ਼ਰੂਰ ਹਾਂ ਬਾਣੀ, ਪੜ੍ਹਨੀ ਹੋਰ ਗੱਲ ਹੈ, ਵਿਸ਼ਵਾਸ ਕਰਨਾ ਹੋਰ ਗੱਲ ਹੈ। ਜੇ ਤੂੰ ਪੜ੍ਹ ਹੀ ਰਹਿ ਕੇਤਿਆ ਦੁੱਖ ਭੂਖ ਸਦ ਮਾਰ, ਇਹ ਪੇ ਦਾਤ ਤੇਰੀ, ਅਤੇ ਜੇ ਦਾਤ ਹੀ ਹੈ ਸੱਚੇ ਪਾਤਸ਼ਾਹ ਦੀ, ਦੁੱਖ ਵੀ ਸੁੱਖ ਵੀ, ਕੋਈ ਬਿਮਾਰੀ ਠਮਾਰੀ ਮਾਰ ਹੀ ਆ ਗਈ ਤਾਂ ਤੈਨੂੰ ਫਿਰ ਹੋਰ ਪਾਸੇ ਜਾਣ ਦੀ ਕੀ ਲੋੜ ਹੈ? ਤਾਂ ਦਾਤ ਦਿੱਤੀ ਹੈ ਤੈਨੂੰ ਰੱਬ ਨੇ, ਅਤੇ ਤੂੰ ਭਰੋਸਾ ਰੱਖ। ਫਿਰ ਜੇ ਦੁੱਖ ਆਏ ਨੇ ਫਿਰ ਸੁੱਖ ਵੀ ਆਉਣੇ ਆ। ਪਰ ਅੱਜ ਦੇਖਿਆ ਜਿੱਥੇ ਦੇਖੋ ਅੱਗੇ ਬੈਠੇ ਹੁੰਦੇ ਨੇ ਹੱਥ ਜੋੜ ਕੇ, ਕਿਰਪਾ ਕਰਾਉਣ ਗਏ ਹੁੰਦੇ ਆ। ਸਿੱਖਾ ਤੇਰਾ ਵਿਸ਼ਵਾਸ ਉੱਠ ਗਿਆ, ਅਸਲ ਵਿੱਚ ਤੈਨੂੰ ਗੁਰੂ 'ਤੇ ਭਰੋਸਾ ਚਾਹੀਦਾ। ਉਹ ਪੀਰ ਨੇ ਜਦੋਂ ਸ਼ੰਕਾ ਕਰਿਆ, ਮਾਰ ਨੇ ਚਾਰ ਬਚਨ ਕੀਤੇ, ਦੌਲਤ ਗੁਜਰਾਨ ਇਸਤਰੀ ਮਾਨ ਪੁੱਤਰ ਨਿਸ਼ਾਨ, ਪੀਰ ਹਿੰਦੂ ਨਾ ਮੁਸਲਮਾਨ ਵਸਤਾ। ਜਿਹੜੇ ਆਤਮਕ ਦਰਸ਼ੀ ਭਗਤ ਸੀ, ਭਾਵੇਂ ਮੁਸਲਮਾਨ ਸੀ ਭਗਤ ਫਰੀਦ, ਭਾਵੇਂ ਪੰਡਿਤ ਸੀ ਤ੍ਰਿਲੋਚਨ ਭਗਤ, ਭਾਵੇਂ ਹੁਸੈਨ ਨਾਈ ਸੀ, ਭਾਵੇਂ ਜਲਾਹਾ ਸੀ, ਸਾਰੇ ਜਿਹੜੇ ਆਤਮਦਰਸ਼ੀ ਇੱਕ ਅਵਸਥਾ ਦੇ ਮਾਲਕ ਸੀ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਕੀਤੀ ਹੈ। ਭਗਤ ਹੋਰ ਵੀ ਬੜੇ ਆਏ ਸੀ ਸਾਸ, ਉਹਨਾਂ ਦੀ ਅਵਸਥਾ ਇੱਕ ਸੀ ਸਾਰਿਆਂ ਦੀ, ਆਤਮਦਰਸ਼ੀ ਸੀ। ਚੌਥੇ ਪਦ ਕੋ ਜੋ ਨਰ ਚੀਨੈ, ਤਿੰਨ ਹੀ ਪਰਮ ਪਦ ਪਾਇਆ। ਇਹ ਅਵਸਥਾ ਦਾ ਨਾਂ ਹੈ ਸਾਸ। ਇਹ ਸ਼ੇਰ ਦੀ ਸਵਾਰੀ ਕਰਦਾ ਹੁੰਦਾ ਸੀ ਪੀਰ ਸੁੰਦਰ ਸ਼ਾਹ, ਬੰਦਗੀ ਵਾਲਿਆਂ ਦੀ ਗੱਲ ਹੈ। ਅਤੇ ਭਾਈ ਕਮਲੀਆ ਜਿਹੜਾ ਸ੍ਰੀ ਚੰਦ ਮਾਰ ਦਾ ਅਰਦਲੀ ਸੀ, ਜਿੱਥੇ ਜਾਂਦੇ ਸੀ ਮੋਢਿਆਂ 'ਤੇ ਉਹਦੇ ਬਹਿ ਕੇ ਜਾਂਦੇ ਸੀ, ਸਵਾਰੀ ਕਮਲੀਏ ਦੀ ਕਰਦੇ ਸੀ। ਲੰਗਰ ਵਾਸਤੇ ਜੰਗਲ 'ਚੋਂ ਲੱਕੜਾਂ ਲੈਣ ਗਏ, ਗੱਡੇ 'ਚ ਬਲਦ ਜੋੜਿਆ, ਸ਼ੇਰ ਨਿਕਲਿਆ, ਗਰਜਿਆ, ਉਹ ਤਲਾ ਕੇ ਅਰਲੀਆਂ ਰੱਸੇ, ਬਲਦ ਤਾਂ ਦੌੜ ਗਿਆ। ਉਹ ਸ਼ੇਰ ਤੁਰਿਆ ਆਉਂਦਾ, ਗਰਦਨ ਦੇ ਜੱਤ ਖਿਲਾਰੀ ਹੋਈ ਹੈ, ਪੂਛ ਖੜੀ ਕੀਤੀ ਹੈ, ਹੰਕਾਰ। ਜਦ ਕੋਲ ਆਇਆ ਭਾਈ ਕਮਲੀਏ ਨੇ ਕੰਨ ਤੋਂ ਫੜਿਆ, ਗੱਡੇ ਜੋੜਿਆ। ਨਿੰਦਿਆ ਲੋਕ ਸੰਤਾਂ ਦੀ ਕਰੀ ਜਾਂਦੇ, ਫਿਰ ਕੀ ਹੁੰਦਾ? ਨਿੰਦਿਆ ਕਰਨ ਨਾਲ ਕੀ ਹੁੰਦਾ? ਉਹ ਕਾਵਾਂ ਦੇ ਕਹਿਣ ਨਾਲ ਢੱਗੇ ਮਰਿਆ ਕਦੇ? ਜਿਉਂ ਜਿਉਂ ਨਿੰਦਕ ਨਿੰਦਾ ਕਰੇ, ਤਿਉਂ ਤਿਉਂ ਦਿਨ ਦਿਨ ਚੜ੍ਹੇ ਸਵਾਇਆ। ਨਿੰਦਿਆ ਕੌਣ ਕਰਦਾ? ਜਿਹਦੇ 'ਚ ਘਾਟ ਹੁੰਦੀ ਹੈ ਸਾਧ ਸੰਗਤ ਜੀ, ਜਿਹਦੇ ਅੰਦਰ ਨੁਕਸ ਹੈ ਨਾ, ਜਿਹਦੀ ਤੁਸੀਂ ਨਿੰਦਿਆ ਕਰ ਰਹੇ ਹੋ ਉਹਦੇ 'ਚ ਕੋਈ ਵਿਸ਼ੇਸ਼ ਗੁਣ ਹੈ, ਤੁਸੀਂ ਤਾਂ ਉਹਦੀ ਨਿੰਦਿਆ ਕਰ ਰਹੇ ਹੋ। ਇੱਥੋਂ ਸਿਆਣੇ ਬੰਦੇ ਸਿੱਧ ਕਰਦੇ ਨੇ ਇਹਦੇ ਅੰਦਰ ਘਾਟ ਹੈ, ਨੁਕਸ ਹੈ ਇਹਦੇ ਅੰਦਰ। ਜਿਹਦੀ ਨਿੰਦਿਆ ਕਰ ਰਹੇ ਉਹ 'ਚ ਕੋਈ ਵਿਸ਼ੇਸ਼ ਗੁਣ ਹੈ। ਇਸ ਕਰਕੇ ਅੱਜ ਸਾਡੀ ਵਿਰੋਧ ਤਾਂ ਕਿਸੇ ਨਾਲ ਨਹੀਂ, ਜੇ ਸੱਕੇ ਭਰਾ ਨਾਲ ਵੀ ਹੈ, ਉਹਦੇ ਕੋਲ ਗੱਲ ਵਿਸ਼ੇਸ਼ ਹੈ, ਕੋਈ ਚੰਗਾ ਮਕਾਨ ਹੈ, ਚੰਗੀ ਜ਼ਮੀਨ ਹੈ, ਉਹਦੀ ਇੱਜ਼ਤ ਚੰਗੀ ਹੈ, ਤਾਂ ਤੁਹਾਡੀ ਉਹਦੇ ਨਾਲ ਵਿਰੋਧ ਹੈ। ਅੱਜ ਸਾਨੂੰ ਆਪਣਾ ਕੋਈ ਦੁੱਖ ਨਹੀਂ ਹੈ, ਸਾਨੂੰ ਦੂਜਿਆਂ ਦੇ ਦੁੱਖ ਨੇ, ਇਹਨਾਂ ਕੋਲ ਕਿਉਂ ਹੈ? ਇਹਨੂੰ ਲੋਕ ਚੰਗਾ ਕਿਉਂ ਕਹਿੰਦੇ ਨੇ? ਇਹਨਾਂ ਨੇ ਮਕਾਨ ਕੋਠੀ ਬੜੀ ਵਧੀਆ ਕਿੱਥੋਂ ਲਿਆ ਕੇ ਪਾਈ ਨੇ? ਪਤਾ ਨਹੀਂ ਕੋਈ ਡਾਕਾ ਡੂਕਾ ਮਾਰ ਲਿਆ ਨਾ ਕਿਤੇ,
ਤੇਰੇ ਲੋਕਾਂ ਨੂੰ ਅਸਰਜ ਦੁੱਖ ਦੇ ਰਹੇ ਨੇ, ਸਾਡੇ ਨਾਲ ਕਿਸੇ ਦਾ ਵੈਰ ਨਹੀਂ, ਤੁਹਾਡੀ ਸਾਜੋ ਸਮਾਨ ਨਾਲ ਤੁਹਾਡੀ ਵਡਿਆਈ ਨਾਲ ਲੋਕਾਂ ਦੀ ਵਿਰੋਧਤਾ ਹੈ। ਅਤੇ ਜਦੋਂ ਸਤਿਪੁਰਸ਼ਾਂ ਦੀ ਕੋਈ ਵਡਿਆਈ ਸਤਿਕਾਰ ਕਰਦਾ, ਫਿਰ ਇਹਨਾਂ ਨੇ ਜ਼ਹਿਰੀ ਉਗਲਣੀ ਹੈ ਵਿਚਾਰੇ, ਉਹ ਵਿਚਾਰੇ ਕਿਆ ਕਰੇ ਜਾਂ ਭਾਗ ਤੁਰ ਮੰਦੇ। ਬੁੱਢਣ ਸ਼ਾਹ ਪੀਰ ਦੇਖਿਆ ਬਾਬਾ ਗੁਰਦਿੱਤਾ ਜੀ ਦਾ ਚਿਹਰਾ ਗੁਰੂ ਨਾਨਕ ਦੇ ਮਾਰਗ ਨਾਲ ਮਿਲਦਾ ਹੈ ਅਤੇ ਆਖਿਆ, ਮਹਾਰਾਜ ਤੁਸੀਂ ਪਹਿਲੇ ਜਾਮੇ 'ਚ ਬਚਨ ਕਰ ਗਏ ਸੀ ਦੁੱਧ ਛਕਾਂਗੇ ਤੁਹਾਡੇ ਕੋਲੋਂ, ਅਤੇ ਹੁਣ ਮੇਰੀ ਆਸਾ ਪੂਰਨ ਕਰੋ। ਇਕੱਲੇ ਦੁੱਧ ਛਕਣ ਵਾਲੀ ਨਹੀਂ, ਇੱਕ ਪਰਮਾਰਥ ਦੀ ਮੰਜ਼ਿਲ ਅਜੇ ਥੱਲੇ ਆ ਮੈਂ, ਕਿਰਪਾ ਕਰੋ ਵਰਨ ਦਾ ਪਰਦਾ ਲਾ ਦਿਓ ਮੇਰਾ। ਜਿਹਨੂੰ ਭਰਮ ਕਹਿੰਦੇ ਨੇ, ਵਰਨ ਕਹਿੰਦੇ ਨੇ, ਮੱਛੀ ਵਾਲਾ ਭਰਮ, ਪਾਣੀ ਵੀ ਅੰਦਰ ਵੀ ਪਾਣੀ ਬਾਹਰ ਵੀ ਪਾਣੀ, ਪਰ ਉਹਦੇ ਅੰਦਰ ਇੱਕ ਭਰਮ ਰਹਿੰਦਾ ਕਿ ਮੈਂ ਪਾਣੀ ਤੋਂ ਲਹਿਦਾਂ। ਇਸ ਤਰ੍ਹਾਂ ਸਾਡੇ ਅੰਦਰ ਇੱਕ ਭਰਮ ਬਣਿਆ, ਰੱਬ ਕਿਤੇ ਗਿਆ, ਉਹਨੇ ਕਿਤੋਂ ਆਉਣਾ, ਮੈਂ ਉਹ ਤੋਂ ਵਿਛੜਿਆ, ਉਹਨੂੰ ਮੈਂ ਮਿਲਣਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ, ਤਨ ਮੈਂ ਹਰ ਹੈ, ਹਰ ਮੈਂ ਤਨ ਹੈ, ਸਰਬ ਨਿਰੰਤਰ ਸੋਏ, ਤੂੰ ਰੱਬ ਵਿੱਚ ਹੈ, ਰੱਬ ਤੇਰੇ ਵਿੱਚ ਹੈ। ਪਰ ਇਹ ਭਰਮ ਦੂਰ ਕਿਵੇਂ ਹੋਏਗਾ? ਅਸੀਂ ਪੜ੍ਹ ਵੀ ਲਿਆ, ਸੁਣ ਵੀ ਲਿਆ, ਪਰ ਦੂਰ ਨਹੀਂ ਹੋਏਗਾ। ਇਹ ਇੱਕ ਖੱਪਰ ਬਣਿਆ ਘੜੇ ਦਾ, ਦਰਿਆ 'ਚ ਰੱਖਿਆ ਹੈ, ਅੰਦਰ ਵੀ ਪਾਣੀ ਹੈ ਉਹਦੇ ਘੜੇ ਦੇ, ਬਾਹਰ ਵੀ ਪਾਣੀ ਹੈ। ਜਿੰਨਾ ਚਿਰ ਉਹ ਖੱਪਰ ਨਹੀਂ ਫੁੱਟਦਾ, ਅੰਦਰਲਾ ਬਾਹਰਲਾ ਪਾਣੀ ਇੱਕ ਨਹੀਂ ਹੋਣਾ ਹੈ। ਆਹ ਜਿਹੜਾ ਦੇਹ ਇਤਿਹਾਸ ਦਾ ਖੱਪਰ ਬਣ ਗਿਆ, ਮੈਂ ਫਲਾਣਾ ਸਿੰਘ ਹਾਂ, ਫਲਾਣਾ ਮੇਰਾ ਪਿੰਡ ਹੈ, ਮੇਰਾ ਮਾਂ ਪਿਓ ਫਲਾਣਾ, ਮੇਰਾ ਰੰਗ ਰੂਪ, ਮੇਰਾ ਸੁਭਾਅ, ਮੇਰੀ ਇੱਜ਼ਤ, ਇਹ ਜਿਹੜਾ ਦੇਹ ਇਤਿਹਾਸ ਦਾ ਖੱਪਰ ਬਣ ਗਿਆ ਨਾ ਮੈਂ, ਇਹ ਜਦੋਂ ਤੂੰ 'ਚ ਬਦਲ ਜਾਏਗਾ, ਅੰਦਰਲਾ ਬਾਹਰਲਾ ਪਾਣੀ ਇੱਕ ਹੋ ਜਾਏਗਾ। ਬੁੱਲਾ ਕਹਿੰਦਾ, ਰੱਬ ਕੋਈ ਬਹੁਤੀ ਦੂਰ ਨਹੀਂ, ਕੋਈ ਮੁਸ਼ਕਲ ਗੱਲ ਨਹੀਂ ਰੱਬ ਵਾਲੀ। ਉਹ ਬੜੀ ਸਵੱਲੀ ਜੀ ਗੱਲ ਹੈ, ਬੁੱਲਾ ਕਹਿੰਦਾ, ਪਰ ਅੱਲ ਪਲੱਲੀ ਵੀ ਬੜੀ ਹੈ। ਜੇ ਕੋਈ ਖੋਜ ਕਰਨ ਤੁਰ ਪਏ ਤਾਂ ਖੋਜਿਆ ਵੀ ਕਿਸੇ ਨੇ ਕੱਖ ਨਹੀਂ ਅੱਜ ਤੱਕ। ਅਤੇ ਜਿਹਨੇ ਆਪਣੀ ਹੋਂ ਛੱਡ ਦਿੱਤੀ, ਹੋਂ ਮੂਆ ਤੂੰ ਹੂਆ, ਤੂੰ ਤੂੰ ਕਰਤਾ ਤੂੰ ਪਹਿਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰਕਾ ਮਿਟ ਗਿਆ, ਜਦ ਦੇਖਾਂ ਤਤ ਤੂੰ। ਇਹ ਜਿਹੜਾ ਮੈਂ ਖੱਪਰ ਬਣ ਗਿਆ, ਦੇਹ ਇਤਿਹਾਸ, ਇਹ ਫੁੱਟ ਨਹੀਂ ਰਿਹਾ ਅਤੇ ਉਹ ਪਰਮਾਤਮਾ ਦੇ ਨਾਲ ਇਹਦਾ ਮਿਲਾਪ ਨਹੀਂ ਹੋ ਰਿਹਾ। ਭਗਤ ਰਵਿਦਾਸ ਜੀ ਕਹਿੰਦੇ ਨੇ, ਹੱਥਾਂ ਪੈਰਾਂ ਤੋਂ ਵੀ ਨੇੜੇ ਆ ਉਹ ਪਰਮਾਤਮਾ, ਤੇਰੇ ਹੱਥ ਪੈਰ ਅਜੇ ਦੂਰ ਨੇ ਪਰ ਉਹ ਇਦੋਂ ਵੀ ਨੇੜੇ ਆ। ਕਹਿ ਰਵਿਦਾਸ, ਹੱਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਲੱਗਾ ਰਹਿ ਸ਼ਬਦ ਨਾਲ, ਵਾਹਿਗੁਰੂ ਵਾਹਿਗੁਰੂ ਕਰਦਾ ਕਰਦਾ ਵਾਹਿਗੁਰੂ 'ਚ ਭੇਦ ਹੋ ਜਾਣਾ, ਤੂੰ ਤੂੰ ਕਰਦਾ ਤੂੰ ਵਿੱਚ ਭੇਦ ਹੋ ਜਾਣਾ। ਹੁਣ ਮੈਂ ਕਰਕੇ ਮੈਂ ਪੱਕ ਗਈ ਹੈ, ਪਰ ਤੂੰ ਤੂੰ ਕਰਕੇ ਜਦ ਤੂੰ ਪੱਕ ਜਾਏਗੀ ਤੇ ਆ ਤੇਰੀ ਹਉਮੈ ਵਾਲੀ ਬਿਮਾਰੀ ਲੈ ਜਾਏਗੀ। ਬਾਬਾ ਗੁਰਦਿੱਤਾ ਜੀ ਨੇ ਦੇਖਿਆ ਰਮਨੀਕ ਜਗ੍ਹਾ, ਇੱਥੇ ਫਿਰ ਬੇਨਤੀ ਕੀਤੀ, ਛੇਵੇਂ ਪਾਤਸ਼ਾਹ ਮਹਾਰਾਜ ਨੇ ਨਗਰ ਵਸਾਇਆ ਕੀਰਤਪੁਰ ਸਾਹਿਬ। ਬਾਬੇ ਗੁਰਦਿੱਤੇ ਦੇ ਘਰ ਸਾਹਿਬਜ਼ਾਦਾ ਗੁਰੂ ਹਰ ਰਾਏ ਮਹਾਰਾਜ, ਮਾਤਾ ਨਿਹਾਲ ਕੌਰ ਦੇ ਕੁੱਖ ਤੋਂ, ਬਾਬਾ ਗੁਰਦਿੱਤਾ ਜੀ ਦੀ ਕੁੱਖ ਗ੍ਰਹਿ ਵਿਖੇ
ਗੁਰੂ ਹਰ ਰਾਏ ਮਹਾਰਾਜ ਦਾ ਜਨਮ ਹੋਇਆ, ਪੋਤਰਾ ਛੇਵੇਂ ਪਾਤਸ਼ਾਹ ਮਹਾਰਾਜ ਦਾ। ਬੜਾ ਪਿਆਰ ਕਰਦੇ ਨੇ, ਹਰ ਵੇਲੇ ਨਾਲ ਰੱਖਦੇ ਨੇ। ਜਿੱਥੇ 52 ਬਾਗ ਲਾਏ, ਬਾਗ ਬਗੀਚੇ 52 ਬਾਗ ਸੱਤਵੇਂ ਪਾਤਸ਼ਾਹ ਨੇ ਲਵਾਏ। ਇਹ ਦੋ ਹੁਕਮ ਸੱਤਵੇਂ ਪਾਤਸ਼ਾਹ ਦੇ ਨੇ ਆਪਾਂ ਨੂੰ। ਜਦੋਂ ਸਿੱਖ ਦੇ ਘਰ ਲੰਗਰ ਪੱਕੇ, ਆਵਾਜ਼ਾਂ ਦੇਵੇ, ਆਹ ਜਿਹੜੀਆਂ ਘੰਟੀਆਂ ਵੱਜਦੀਆਂ ਸੀ ਲੰਗਰ 'ਚ, ਨਗਾਰੇ ਵੱਜਦੇ ਸੀ, ਹੌਲੀ ਹੌਲੀ ਇਹ ਵੀ ਬੰਦ ਹੀ ਹੋ ਗਏ। ਨਗਾਰਾ ਵੱਜਦਾ ਸੀ ਲੰਗਰ 'ਚ, ਘੰਟੀ ਵੱਜਦੀ ਸੀ ਵੀ ਲੰਗਰ ਤਿਆਰ ਹੈ ਗੁਰੂ ਦਾ, ਕੋਈ ਲੋੜਵੰਦ ਆ ਕੇ ਛਕੇ। ਅਤੇ ਜਾਂ ਫਿਰ ਸਿੱਖ ਆਵਾਜ਼ਾਂ ਦੇਵੇ ਆਪਣੇ ਘਰ, ਉੱਚੀ ਆਵਾਜ਼ਾਂ, ਗੁਰੂ ਕਾ ਲੰਗਰ ਤਿਆਰ ਹੈ, ਜਿੰਨੇ ਲੋੜਵੰਦ ਆ ਕੇ ਛਕ ਲਵੇ। ਇਹ ਘਰ ਗੁਰੂ ਦਾ ਅਤੇ ਲੰਗਰ ਵੀ ਗੁਰੂ ਦਾ। ਅਤੇ ਸਾਡੇ ਬਜ਼ੁਰਗ ਆਵਾਜ਼ਾਂ ਦਿੰਦੇ ਹੁੰਦੇ ਸੀ, ਅਸੀਂ ਆਪ ਦੇਖਿਆ ਬਜ਼ੁਰਗਾਂ ਨੇ ਹਲ ਜੋੜਿਆ, ਪ੍ਰਸ਼ਾਦਾ ਆ ਗਿਆ ਅਤੇ ਰਾਹੀ ਤੁਰਿਆ ਜਾ ਰਿਹਾ, ਹੱਥ ਖੜਾ ਕਰਕੇ ਆਖਿਆ ਵੀਰਾ ਲੰਗਰ ਆ ਗਿਆ, ਛੱਕ ਕੇ ਜਾਇਆ ਜੇ। ਰੋਟੀ ਨਹੀਂ ਆਖਿਆ, ਰੋਟੀ, ਰੋਟੀਆਂ ਤਾਂ ਹੈ ਹੀ ਤਿੰਨ ਚਾਰ ਨੇ, ਅਤੇ ਲੰਗਰ ਵੱਡਾ ਕੰਮ ਹੁੰਦਾ। ਅਸੀਂ ਨਹੀਂ, ਇਹ ਨਹੀਂ ਆਖਣ ਤੂੰ ਕਦੋਂ ਆਇਆ, ਤੁਸੀਂ ਕਦੋਂ ਆਏ ਸੀ, ਅਸੀਂ ਤਾਂ ਅਜੇ ਹੁਣੀ ਆਇਆ, ਅਸੀਂ ਕਿੰਨੇ ਜਣੇ ਆਏ ਹੋ ਬਈ, ਹੈ ਤਾਂ ਇਕੱਲਾ ਹੀ ਹੈ। ਇਹਦਾ ਨਾਮ ਹੈ ਚੜ੍ਹਦੀ ਕਲਾ। ਤਿੰਨ ਪ੍ਰਸ਼ਾਦੇ ਨੇ ਅਤੇ ਲੰਗਰ ਆ ਗਿਆ, ਪ੍ਰਸ਼ਾਦੇ ਤਿੰਨ ਹੀ ਨੇ ਭਾਵੇਂ, ਅਤੇ ਗੱਲ ਕਿੱਡੀ ਚੜ੍ਹਦੀ ਕਲਾ। ਦਿਲ ਤਾਂ ਵੱਡਾ ਹੈ ਨਾ, ਚੱਲ ਜੇ ਤਿੰਨ ਨੇ ਤਾਂ ਡੇਢ ਡੇਢ ਛਕ ਲਾਂਗੇ, ਜੇ ਦੋ ਆਏ ਤਾਂ ਇੱਕ ਇੱਕ ਦੇ ਦਾਂਗੇ। ਲੰਗਰ ਹੈ ਨਾ ਗੁਰੂ ਦਾ, ਅਤੇ ਵਾਜਾ ਮਾਰਨਾ, ਹੱਥ ਖੜਾ ਕਰਨਗੇ, ਜਾਣ ਵਾਲਾ ਵੀਰਾ ਲੰਗਰ ਛੱਕ ਕੇ ਜਾਇਆ ਜੇ, ਲੰਗਰ ਆ ਗਿਆ। ਅਤੇ ਉਹਨੇ ਹੱਥ ਖੜਾ ਕਰਕੇ ਆਖਣਾ ਰੱਬ ਬਹੁਤਾ ਦੇਵੇ, ਮੈਂ ਛੱਕ ਕੇ ਆਇਆ, ਛਕੋ ਤੁਸੀਂ। ਆ ਬਜ਼ੁਰਗ ਬੈਠੇ ਨੇ, ਮਾਰਦੇ ਰਹੇ ਨੇ ਵਾਜਾਂ ਰਾਹੀਆਂ ਨੂੰ ਜਾਂਦਿਆਂ ਨੂੰ, ਅਤੇ ਜਾਂਦਿਆਂ ਤੋਂ ਆਸ਼ੀਰਵਾਦਾਂ ਲੈ ਲੈਂਦੇ ਸੀ। ਕੀ ਪਤਾ ਕਿਹੜੀ ਵਸਤਾ ਦਾ ਕੋਈ ਮਾਲਕ ਹੈ, ਜਾਂਦੇ ਹੀ ਤਾਰ ਜਾਂਦੇ ਸੀ ਵੇੜੇ। ਓਏ ਹੁਣ ਤਾਂ ਅਸੀਂ ਆਪਣੇ ਮਾਂ ਪਿਓ ਦੀ ਅਸੀਸ ਵੀ ਨਹੀਂ ਲਈ ਕਦੇ, ਹੁਣ ਅਸੀਂ ਵਾਜਾਂ ਨਹੀਂ ਮਾਰ ਸਕਦੇ, ਕਿਉਂਕਿ ਹੁਣ ਪੁੱਛ ਕੇ ਪੱਕਦੀਆਂ ਨੇ ਕਿੰਨੇ ਛਕੋਗੇ। ਆਵਾਜ਼ ਮਾਰ ਕੇ ਭੁੱਖਿਆ ਮਰਨਾ ਕਿਸੇ ਨੇ, ਉਹਨੂੰ ਆਪਣਾ ਫਿਕਰ ਹੈ ਪਤਾ ਨਹੀਂ ਚੌਥੀ ਲੈਣੀ ਹੈ ਕਿ ਨਹੀਂ ਹੁਣ ਲੈਣੀ। ਆਹ ਹੁਣ ਫਿਰ ਬਰਕਤਾਂ ਵੀ ਨਹੀਂ ਹੈਗੀਆਂ, ਜਿਹਨੂੰ ਮਰਜ਼ੀ ਪੁੱਛ ਲਓ, ਕਮਾਈ ਬੜੀ ਹੈ ਪਰ ਪਤਾ ਨਹੀਂ ਜਾਂਦੀ ਕਿੱਧਰ ਪਈ ਹੈ, ਪਤਾ ਨਹੀਂ ਲੱਗਦਾ, ਸਾਨੂੰ ਤਾਂ ਸਿਰੇ ਚੜ੍ਹੇ ਰਹਿੰਦੇ ਨੇ। ਸਾਡੀ ਬਰਕਤਾਂ ਵਾਲੇ ਕੰਮ ਹੀ ਬੰਦ ਹੋ ਗਿਆ ਸਾਧ। ਸਿੱਖ ਦਾ ਘਰ ਗੁਰੂ ਦਾ ਘਰ ਹੈ, ਅਤੇ ਉਹਦਾ ਪੱਕਿਆ ਲੰਗਰ ਵੀ ਗੁਰੂ ਦਾ ਹੀ ਲੰਗਰ ਹੈ, ਖਾਲੀ ਨਹੀਂ ਮੁੜ ਜਾਏਗਾ ਕਦੇ ਵੀ। ਦਰ ਆਇਆ ਸਵਾਲੀ ਕਦੇ ਨਹੀਂ ਖਾਲੀ ਜਾਂਦਾ ਗੁਰੂ ਨਾਨਕ ਦੇ ਘਰੋਂ। ਵਾਜਾ ਦੇਣਾ ਲੰਗਰ ਪੱਕੇ ਸਿੱਖ ਦੇ ਘਰ, ਅਤੇ ਹਰ ਇੱਕ ਸਿੱਖ ਨੂੰ ਹੁਕਮ ਹੈ ਦੋ ਬੂਟੇ ਧਰਤੀ 'ਤੇ ਜ਼ਰੂਰ ਲਾਏ। ਸੱਤਵੇਂ ਪਾਤਸ਼ਾਹ ਮਾਰ ਦਾ ਹੁਕਮ ਹੈ ਕਿ ਜਿਹੜਾ ਗੁਰੂ ਦਾ ਸਿੱਖ ਅਖਵਾਉਣ ਵਾਲਾ ਹੈ ਧਰਤੀ 'ਤੇ ਦੋ ਬੂਟੇ ਜ਼ਰੂਰ ਲਾਏ। ਪਰ ਆਪਾਂ ਇੰਨਾ ਬਚਨ ਮੰਨਿਆ, ਆਪਾਂ ਸੜਕ 'ਤੇ ਵੀ ਸੇਵਾ ਕਰ ਜਾਂਦੇ ਹਾਂ, ਰਾਤ ਨੂੰ ਕਿਤੇ ਲੱਗ ਜਾਏ ਦਾ, ਕਿਤੇ ਵਾਹ ਵਾਹ ਮੁੱਢ ਵਧਾ, ਸੁਹਾਗਾ ਤਾਂ ਬਣ ਹੀ ਜਾਏਗਾ ਇਹਦਾ। ਫਿਰ ਹਰ ਬਿਮਾਰੀਆਂ ਵੀ ਤਾਂ ਆਪਾਂ ਤਾਂ ਹੀ ਲੱਗੀਆਂ ਨਾ, ਪਾਣੀ ਵੀ ਤਾਂ ਹੀ ਘੱਟ ਰਿਹਾ ਕਿਉਂਕਿ ਬਾਰਿਸ਼ਾਂ ਘੱਟ ਗਈਆਂ, ਕਿਉਂ ਬਨਸਪਤੀ ਘੱਟ ਗਈ। ਇਹ ਧੀਆਂ ਪੁੱਤਰ ਨੇ ਰੱਬ ਦੇ, ਬਨਸਪਤੀ ਸਾਰੀ, ਬਾਰਿਸ਼ਾਂ ਪੈਂਦੀਆਂ ਸੀ ਕਦੇ ਝੜੀ ਲੱਗੀ ਨਹੀਂ ਸੁਣੀ ਆਪਾਂ, ਗੱਲਾਂ ਸੁਣਦਿਆਂ ਵੀ ਸੌਣ ਦੀ ਝੜੀ, ਨਾ ਕੋਠਾ ਛੱਡੇ ਨਾ ਕੜੀ, ਨਾ
ਸੌਣ ਦੀਆਂ ਝੜੀਆਂ ਲੱਗਣੀਆਂ ਅਤੇ ਨਾ, ਕਿਉਂ ਅਸੀਂ ਬਚਨ ਜ਼ਿਆਦਾ ਮੰਨਿਆ ਸਾਧ ਸਿੰਘ ਜੀ, ਦੁਖੀ ਵੀ ਤਾਂ ਹੀ ਹੋਏ ਹਾਂ। ਇਸ ਕਰਕੇ ਸੱਤਵੇਂ ਪਾਤਸ਼ਾਹ ਮਹਾਰਾਜ ਦੇ ਨਾਲ ਪਿਆਰ ਕਰਦੇ ਜ਼ਿਆਦਾ ਛੇਵੇਂ ਪਾਤਸ਼ਾਹ ਮਹਾਰਾਜ ਪੁੱਤਰੇ ਨੂੰ ਨਾਲ ਰੱਖਦੇ ਨੇ ਅਤੇ ਸਾਨੂੰ ਦੱਸਦੇ ਨੇ ਗੁਰੂਆਂ ਦੇ ਬਚਨ ਕਿਵੇਂ ਮੰਨੀਦੇ ਆ। ਇਕੱਲੇ ਸੁਣੀਦੇ ਨਹੀਂ ਹੁੰਦੇ, ਕੰਨਾਂ ਦਾ ਸਵਾਦ ਸਮਝ ਲਿਆ। ਆਪਣੇ ਨੇੜੇ ਅਠਰਵਾ ਪਿੰਡ ਹੈ, ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਪਿੰਦਰਪਾਲ ਸਿੰਘ ਜੀ, ਜਿਨ੍ਹਾਂ ਦੀ ਕਥਾ ਦੁਨੀਆ ਸੁਣਦੀ ਹੈ। ਇਕੱਲਾ ਇਕੱਲਾ ਬਚਨ, ਇਤਿਹਾਸ ਦਾ ਬਾਣੀ ਦਾ ਮੌਲਿਕ ਬਚਨ, ਕਿਸੇ ਗੁਰਮੁਖ ਤੋਂ ਸੁਣ ਲਓ। ਗੁਰੂ ਦੇ ਬਚਨ ਸੁਣਾ ਰਿਹਾ, ਪਰ ਆਪਾਂ ਕਿਹੜਾ ਬਚਨ ਪੱਲੇ ਬੰਨਿਆ? ਕਦੀ ਆਪਣੀ ਗਿਰੀਬਾਨ 'ਚ ਝਾਤ ਮਾਰੀ ਹੈ ਕਿ ਮੈਂ ਸੁਣਿਆ ਤਾਂ ਬੜਾ ਕੁਝ ਅੱਜ, ਬੜੇ ਬੜੇ ਵਿਦਵਾਨ, ਪਰ ਪੱਲੇ ਮੇਰੇ ਇੱਕ ਅੱਖਰ ਵੀ ਨਹੀਂ ਹੈਗਾ। ਫਿਰ ਸੁਣਾਉਣ ਵਾਲਿਆਂ 'ਚ ਅਨੂਕ ਸਹਿਜਾਂ, ਸੁਣਨ ਵਾਲਿਆਂ 'ਚ ਕਦੀ ਗੁਰੂ ਕਾ ਬਚਨ ਪੱਲੇ ਬੰਨਿਆ ਹੀ ਨਹੀਂ। ਬਸ ਸੁਣ 'ਤੇ ਰਹਿਣਾ। ਆਵਾਜ਼ ਬੜੀ ਸੀ ਬਈ, ਸਾਜ਼ ਵੀ ਬਾਹਲੇ ਵਧੀਆ ਵੱਜਦੇ ਸੀ, ਬਾਕੀ ਬਸਤਰ ਵੀ ਉਹਨਾਂ ਦੇ ਚੰਗੇ ਬੜੇ। ਜਿਹੜੀ ਗੱਲ ਮੰਨਣੀ ਉਹ ਮੰਨੀ ਨਹੀਂ ਹੈ। ਕਿਵੇਂ ਬਚਨ ਮੰਨੀਦੇ ਨੇ, ਗੁਰੂ ਦਾ ਸਤਿਕਾਰ ਕਿਵੇਂ ਕਰੀਦਾ। ਗਾਗਰ ਮੋਢੇ ਦੇ ਧਰ ਕੇ ਦੋ ਕੋ ਪੁੱਠੀ ਪੈਰੀ ਤੁਰਿਆ ਜਾਂਦਾ, ਮੇਰੇ ਗੁਰੂ ਵੱਲ ਮੇਰੀ ਕੰਡ ਨਾ ਹੋਵੇ। ਸਤਿਕਾਰ ਕਿੰਨਾ ਕੁ ਚਾਹੀਦਾ ਸਿੱਖਦੇ ਮਨ 'ਚ ਗੁਰੂ ਦਾ। ਤੁਸੀਂ ਭੋਗਾਂ 'ਤੇ ਜਾਂਦੇ ਹੋ, ਸਾਨੂੰ ਵੀ ਟਾਈਮ ਮਿਲਦਾ ਹੈ। ਦੇਗ ਵਰਤਣ ਲੱਗੀ, ਬਾਬਾ ਗ੍ਰੰਥੀ ਰਹਿ ਗਿਆ ਤਾਬਿਆ ਸੇਵਾਦਾਰ, ਬਾਕੀ ਜਿਹਨੂੰ ਦੇਗ ਮਿਲੀ ਉੱਠ ਕੇ ਤੁਰ ਗਿਆ ਅਤੇ ਸਾਹਮਣੇ ਚਾਹ ਦੇ ਕੱਪ ਫੜ ਕੇ ਖਲੋ ਕੇ ਗੁਰੂ ਦੀ ਬੇਅਦਬੀ ਕਰ ਰਿਹਾ ਸਿੱਖ। ਆਪ ਉੱਠ ਕੇ ਅੱਗੋਂ ਸਾਰੀ ਤੁਰ ਗਏ। ਆ ਜਿਹੜੇ ਗੁਰਸਿੱਖ ਅੰਮ੍ਰਿਤਧਾਰੀਓ, ਤੁਹਾਨੂੰ ਬੇਨਤੀ ਹੈ, ਤੁਸੀਂ ਤਾਂ ਮਰ ਦੇ ਸਤਿਕਾਰ ਕਰਕੇ ਬੈਠੇ ਰਿਹਾ ਕਰੋ ਬਾਈ, ਦੋ ਕੁ ਮਿੰਟ ਹੋਰ ਲੱਗਣੇ ਨੇ। ਚਲੋ ਦੇਗ ਵਰਤ ਕੇ ਮਹਾਰਾਜ ਸਰੂਪ ਜਾਏਗਾ, ਫਿਰ ਲਾਉਂਦੇ ਹਾਂ ਗੱਫੇ ਚੱਲ ਕੇ। ਕੋਈ ਨਹੀਂ, ਗੱਫੇ ਭੱਜਣ ਲੱਗੇ ਨੇ ਕਿਤੇ, ਖੁਦ ਅਸੀਂ ਆਪ ਬੇਅਦਬੀ ਕਰ ਰਹੇ ਹਾਂ ਸਾਧ ਸੰਗਤ ਜੀ। ਅਸੀਂ ਵੀ ਨਾਲ ਹੀ ਸਾਰਾ ਪੰਡਾਲ ਖਾਲੀ, ਅਤੇ ਤੁਸੀਂ ਕੋਈ ਸੱਦ ਲਿਆ ਮੰਤਰੀ ਸੰਤਰੀ, ਹੁਣ ਤਾਂ ਵੈਸੇ ਆਪ ਹੀ ਨਹੀਂ ਆਉਂਦੇ, ਜੇ ਸੱਦਣ ਵੀ ਜਾਊਂਗੇ ਨਾ ਤਾਂ ਵੀ ਨਹੀਂ ਆਉਣਾ ਉਹਨਾਂ ਨੇ, ਵੀ ਜਿਹੜੇ ਹਾਰ ਪਾਉਂਦੇ ਸੀ ਉਹਨੂੰ ਇੱਟਾਂ ਚੱਕੀ ਫਿਰਦੇ ਨੇ, ਹੁਣ ਜਾਗ ਪੈ ਰਹੇ, ਹੁਣ ਲੁੱਟਿਆ ਨਹੀਂ ਜਾਣਾ ਇਹਨਾਂ ਨੂੰ। ਪਰ ਲੇਟ ਜਾਗਿਆ, ਚਲੋ ਲੇਟ ਆਏ ਦਰੁਸਤ ਆਏ, ਕਦੇ ਤਾਂ ਜਾਗੇ ਹੀ ਹਾਂ। ਅਸੀਂ ਵੀ ਸਿਰ 'ਤੇ ਬਿਠਾਉਣਾ, ਅਸੀਂ ਹਾਰ ਪਾਉਣੇ, ਅਸੀਂ ਮਗਰ ਮਗਰ ਭੱਜਣਾ। ਗੁਰੂ ਗ੍ਰੰਥ ਸਾਹਿਬ ਦੇ ਗਏ ਅਤੇ ਘਰ ਕਦੇ ਕਲੀ ਨਹੀਂ ਪਾਈ, ਸੰਧ ਤੋਂ ਲੱਗ ਕੇ ਕਲੀ ਪਾਈ, ਮੰਤਰੀ ਸਭ ਲੱਗ ਆਉਂਦੇ ਨੇ। ਕਿੱਧਰੋਂ ਸਾਹਿਬ ਬਣਾ ਲਿਆ ਤੁਸੀਂ? ਉਹ ਸਾਹਿਬ ਤਾਂ ਸੱਚੇ ਪਾਤਸ਼ਾਹ ਹੀ ਨੇ, ਸਤਿਗੁਰ ਸੱਚਾ ਪਾਤਸ਼ਾਹ। ਹੋਰ ਪਾਤਸ਼ਾਹ ਝੂਠੇ ਦੁਨਿਆਵੀ, ਇਹ ਤਾਂ ਅੱਜ ਕਿਸੇ ਦੀ ਪਾਤਸ਼ਾਹੀ, ਕੱਲ੍ਹ ਨੂੰ ਕਿਸੇ ਦੀ ਪਾਤਸ਼ਾਹੀ। ਸੋ ਸਾਧ ਸਿੰਘ ਜੀ, ਤੁਸੀਂ ਉਹਨੂੰ ਸੱਦ ਲਿਆ, ਸਾਰਾ ਪਿੰਡ ਬੈਠਾ ਸੀ, ਜਦੋਂ ਆਇਆ ਤਾਂ ਉੱਠ ਕੇ ਤੁਰ ਕੇ ਤੁਸੀਂ, ਇੱਦੋਂ ਵੱਡੀ ਬੇਇੱਜ਼ਤੀ ਕੋਈ ਨਹੀਂ ਉਹਦੀ। ਅਤੇ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਉੱਠ ਕੇ ਤੁਰ ਜਾਈਏ ਨਾ, ਮਹਾਰਾਜ ਸਰੂਪ ਉੱਥੇ ਹੋਵੇ, ਤਾਂ ਸਿੰਘਾ ਸਿੱਖਾ ਇਹ ਸਤਿਕਾਰ ਨਹੀਂ ਮਹਾਰਾਜ ਦਾ। ਅਸੀਂ ਖੁਦ ਆਪ ਭਾਗੀਆਂ ਨਰਾਦਰ ਕਰਨ ਦੇ ਵਿੱਚ, ਕੁਛ ਨਹੀਂ ਲੱਗਦਾ। ਸ਼ਰਧਾਂਜਲੀਆਂ ਦੇਣ ਲੱਗਿਆ ਭਾਵੇਂ 3 ਘੰਟੇ ਵਾਸੀਆਂ ਲਈ ਜਾਣ ਉੱਥੇ, ਅਤੇ ਜਦੋਂ ਦੇਗ ਵਰਤਣ ਲੱਗ ਪਈ ਉੱਠ ਕੇ ਤੁਰ ਜਾਣਾ ਸਾਰਿਆਂ। ਇਹ ਬੇਨਤੀਆਂ ਨੇ ਤੁਹਾਨੂੰ, ਪੱਲੇ ਬੰਨਿਓ, ਅਤੇ ਮਾਈਆਂ ਨੂੰ ਖਾਸ ਕਰਕੇ ਹੈ। ਮਰ ਦਾ ਕੀਰਤਨ ਹੋ ਰਿਹਾ, ਮਰ ਦਾ ਪ੍ਰਕਾਸ਼ ਹੈ, ਬਾਣੀ ਦਾ ਕੀਰਤਨ ਹੋ ਰਿਹਾ, ਉੱਥੇ ਮਾਈਆਂ ਗੱਲ ਨੂੰ ਚੰਬੜੀ ਜਾਂਦੀਆਂ ਇੱਕ ਦੂਜੇ
ਕੰਡ ਕਰਕੇ ਮਾਰਦੀ ਗਲਾਂ 'ਚ ਗਾਤਰੇ ਪਾ ਕੇ। ਤੁਹੀਨ ਤਾਂ ਹੋ ਰਹੀ ਹੈ ਬਾਣੀ ਦੀ ਅਤੇ ਨਰਾਦਰ ਵੀ ਕੰਡ ਕਰਕੇ ਹੋ ਰਿਹਾ। ਇਹ ਗੁਰੂ ਮਾਰ ਦਾ ਹੁਕਮ ਹੈ, ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ। ਜਿਹੜਾ ਗੁਰੂ ਦਾ ਸਿੱਖ ਹੈ ਉਹ ਕਦੇ ਨਹੀਂ ਰੋਂਦਾ, ਹੁਕਮ ਹੈ ਮਾਰ ਦਾ ਆਉਣਾ ਜਾਣਾ। ਦੱਸਿਆ ਸਾਨੂੰ ਕਿਵੇਂ ਸਤਿਕਾਰ ਕਰੀਦਾ, ਭਾਵਨਾ ਕਿੰਨੀ ਕੁ ਰੱਖਣੀ ਹੈ ਸਿੱਖ ਨੇ, ਅਤੇ ਬਚਨ ਕਿਵੇਂ ਮੰਨੀਦਾ। ਫੁੱਲ ਮੁੜਿਆ ਹੋਇਆ ਟਾਹਣੀ ਨਾਲੋਂ ਰਸਤੇ ਵੱਲ, ਅਤੇ ਗੁਰੂ ਹਰ ਰਾਏ ਮਹਾਰਾਜ ਦੇ ਚੋਲੇ ਨਾਲ ਅੜ ਕੇ ਫੁੱਲ ਟੁੱਟ ਗਿਆ। ਮੁੜ ਕੇ ਆਏ ਟਹਿਲਦੇ ਹੋਏ, ਪੁੱਛਿਆ ਲਾਲ ਜੀ ਆ ਫੁੱਲ ਬੜਾ ਸੋਹਣਾ ਸੀ, ਇਹ ਕਿਵੇਂ ਟੁੱਟ ਗਿਆ? ਗੁਰੂ ਪਿਤਾ, ਮੇਰੇ ਜਾਮੇ ਨਾਲ ਅੜ ਕੇ ਫੁੱਲ ਟੁੱਟ ਗਿਆ ਚੋਲੇ ਨਾਲ। ਇੰਨਾ ਹੀ ਵਚਨ ਕੀਤਾ, ਲੰਮਾ ਜਾਮਾ ਪਾਉਣਾ ਤਾਂ ਸੰਭਲ ਕੇ ਚੱਲਣਾ। ਸਾਰੀ ਉਮਰ ਸੱਤਵੇਂ ਪਾਤਸ਼ਾਹ ਮਹਾਰਾਜ ਜਦੋਂ ਤੁਰਦੇ ਸੀ ਇੱਕ ਪਾਸਿਓਂ ਚੋਲਾ ਇਕੱਠਾ ਕਰਕੇ ਫੜ ਲੈਂਦੇ ਸੀ ਸਾਰੀ ਉਮਰ, ਵੀ ਬਚਨ ਸੀ ਮੈਨੂੰ ਕਿ ਜਾਮਾ ਸੰਭਲ ਕੇ ਚੱਲਣਾ। ਸੋ ਸਾਧਸੰਗ ਜੀ ਗੁਰਤਾ ਗੱਦੀ ਆਪਣੇ ਪੋਤਰੇ ਨੂੰ ਬਖਸ਼ੀ ਗੁਰੂ ਹਰਿ ਮਹਾਰਾਜ ਨੂੰ, ਪ੍ਰਸ਼ਾਦ ਛਕ ਰਹੇ ਨੇ ਛੇਵੇਂ ਪਾਤਸ਼ਾਹ ਮਹਾਰਾਜ। ਮਾਤਾ ਨਾਨਕੇ ਆਪਣੇ ਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਦੀ ਬਾਂਹ ਫੜੀ ਹੈ, ਆ ਕੇ ਕਹਿੰਦੇ ਨੇ ਸੱਚਿਆ ਪਾਤਸ਼ਾਹ ਤੁਹਾਡੇ ਬਾਕੀ ਸਾਹਿਬਜ਼ਾਦੇ ਚਤਰ ਚਲਾਕ ਨੇ, ਮਸੰਦਾਂ ਨਾਲ ਸੰਗਤਾਂ ਨਾਲ ਮੇਲ ਮਿਲਾਪ ਰੱਖਦੇ ਨੇ, ਮੇਰਾ ਭੋਲਾ ਭਾਲਾ ਪੁੱਤਰ ਅੱਖਾਂ ਮੀਟ ਕੇ ਬੈਠਾ ਰਹਿੰਦਾ ਹੈ, ਬੋਲਦਾ ਨਹੀਂ ਕਿਸੇ ਨਾਲ, ਇਹਦੇ ਬਾਰੇ ਤੁਸੀਂ ਕੀ ਸੋਚਿਆ? ਪ੍ਰਸ਼ਾਦ ਛਕਦੇ ਛਕਦੇ ਮਹਾਰਾਜ ਕਹਿੰਦੇ ਭੋਲੀਏ ਭਲੀਏ, ਰੱਬ ਤਾਂ ਮਿਲਦਾ ਹੀ ਭੋਲਿਆਂ ਭਾਲਿਆਂ ਨੂੰ ਹੈ, ਜਿੱਥੇ ਚਲਾਕੀ ਹੈ ਉੱਥੇ ਰੱਬ ਦਾ ਕੰਮ ਹੀ ਕੀ ਹੈ? ਭੋਲੇ ਭਾਏ ਮਿਲੇ ਰਗੁਰਾਇਆ, ਚਤੁਰਾਈ ਨੇ ਚਤੁਰ ਪੁੱਜ ਪਾਇਆ। ਕਿਸੇ ਨੇ ਅੱਜ ਤੱਕ ਚਤੁਰਾਈ ਨਾਲ ਰੱਬ ਨੂੰ ਨਹੀਂ ਪਾਇਆ। ਪ੍ਰਸ਼ਾਦ ਛੱਕ ਕੇ ਹੱਥ ਸਾਫ ਕੀਤੇ, ਰੁਮਾਲ ਮਾਤਾ ਨਾਨਕ ਦੀ ਝੋਲੀ 'ਚ ਪਾ ਦਿੱਤਾ, ਉਹ ਰੁਮਾਲ ਇੱਕ ਪੋਥੀ ਇੱਕ ਕਟਾਰ ਆਪਣੇ ਗਾਤਰੇ ਵਿੱਚੋਂ, ਤੇਰਾ ਪੁੱਤਰ ਗੁਰੂ ਨਾਨਕ ਦੀ ਨੌਵੀਂ ਜੋਤ ਦਾ ਮਾਲਕ ਬਣੇਗਾ, ਤੇਰੇ ਪੁੱਤਰ ਦੇ ਹਿਰਦੇ 'ਚ ਵਸੇਗੀ ਜੋਤ, ਇਹਦੇ ਘਰ ਇੱਕ ਸੂਰਬੀਰ ਯੋਧਾ ਸਾਹਿਬਜ਼ਾਦਾ ਜਨਮ ਲੈ ਗਿਆ ਜਿਹੜਾ ਜ਼ੁਲਮ ਦਾ ਨਾਸ਼ ਕਰੇਗਾ, ਕਲਗੀਧਰ ਪਾਤਸ਼ਾਹ ਮਹਾਰਾਜ। ਤੁਸੀਂ ਹੁਣ ਕੀਰਤਪੁਰ ਸਾਹਿਬ ਨਹੀਂ ਰਹਿਣਾ, ਤੁਸੀਂ ਬਕਾਲੇ ਚਲੇ ਜਾਓ, ਮਾਤਾ ਨਾਨਕੀ ਦਾ ਪੇਕਾ ਨਗਰ, ਨੌਵੇਂ ਪਾਤਸ਼ਾਹ ਦੇ ਨਾਨਕੇ ਬਕਾਲਾ ਸੀ, ਗੁਰੂ ਤੇਗ ਬਹਾਦਰ ਮਹਾਰਾਜ ਦੇ ਚਰਨ ਪਾਉਣ ਨਾਲ ਬਾਬਾ ਬਕਾਲਾ, ਇੱਥੇ ਫਿਰ ਮਹਾਰਾਜ ਭੋਰਾ ਸਾਹਿਬ ਦੇ ਵਿੱਚ ਇਕਾਂਤ ਵਾਸ, 4.5 ਫੁੱਟ ਚੌੜਾ 4.5 ਫੁੱਟ ਉੱਚਾ, 26 ਸਾਲ 9 ਮਹੀਨੇ 13 ਦਿਨ ਇੱਥੇ ਮਹਾਰਾਜ ਨੇ ਤਪ ਕੀਤਾ ਹੈ। ਸ਼ਾਮ ਨੂੰ ਘੋੜੀ 'ਤੇ ਚੜ੍ਹ ਕੇ ਬਾਹਰ ਟਹਿਲਣ ਵਾਸਤੇ ਵੀ ਜਾਂਦੇ ਸੀ, ਪਰ ਕਿਸੇ ਨੂੰ ਘੱਟ ਮਿਲਦੇ ਸੀ ਬੋਲਦੇ, ਕਿਉਂਕਿ ਜਿੱਡੀ ਵੱਡੀ ਸ਼ਹਾਦਤ ਦੇਣੀ ਹੈ ਉੱਡੀ ਵੱਡੀ ਇਬਾਦਤ ਕਰਨੀ ਪੈਂਦੀ ਹੈ। ਨੋਟ ਕਰਿਓ ਗੱਲ, ਜਦੋਂ ਸ਼ਹੀਦੀ ਦਏਗਾ ਕੋਈ ਬਾਣੀ ਦਾ ਅਭਿਆਸੀ ਦਏਗਾ, ਕੋਈ ਬੰਦਗੀ ਵਾਲਾ ਦਏਗਾ, ਕਿਤਾਬੀ ਕਿਹੜੇ ਅੱਗ ਲਾ ਕੇ ਰੂੜੀ 'ਤੇ ਚੜ੍ਹਨ ਵਾਲੇ ਹੁੰਦੇ ਆ, ਕਦੇ ਸੋਟੀ ਨਹੀਂ ਮਾਰੀ ਇਹਨਾਂ ਨੇ ਕੁੱਤਿਆਂ ਨੂੰ। ਜਦੋਂ ਸ਼ਹਾਦਤ ਦਿੰਦਾ ਬੰਦਗੀ ਵਾਲਾ, ਬਾਣੀ ਦਾ ਅਭਿਆਸੀ ਜਿਹਦੀ ਸੁਰਤ ਸਰੀਰ ਤੋਂ ਉੱਚੀ ਹੈ, ਉਹ ਚਾਹੁੰਦਾ
ਕੌਮ ਦੇ ਲੇਖੇ ਪੰਥ ਦੇ ਲੇਖੇ ਆਪਣਾ ਠੀਕਰਾ ਭੰਨ ਦੇਵੇ, ਲੇਖੇ ਲਾ ਦੇਵੇ। ਇਸ ਕਰਕੇ ਜਦੋਂ ਜਦੋਂ ਕਿਸੇ ਨੇ ਜਿੱਡੀ ਵੱਡੀ ਸ਼ਾਦ ਦਿੱਤੀ ਹੈ, ਉੱਡੀ ਵੱਡੀ ਪਹਿਲਾਂ ਤਿਆਰੀ ਕੀਤੀ ਹੈ। ਮਹਾਰਾਜ ਤਿਆਰੀ ਕਰ ਰਹੇ ਨੇ ਤਿਲਕ ਜੰਜੂ ਦੀ ਰਾਖੀ ਵਾਸਤੇ, ਕਮਾਈ ਕਰ ਰਹੇ ਨੇ। ਸਮਾਂ ਸਮਾਪਤ ਹੈ ਸਤਸੰਗ ਜੀ। ਇਹ ਗੁਰੂ ਕਾ ਇਤਿਹਾਸ, ਜੇ ਵੈਸੇ ਤਾਂ ਸੱਤ ਸਮੁੰਦਰ ਲਿਖਿਆ, ਸੱਤ ਸਮੁੰਦਰ, ਅਤੇ ਸੱਤ ਸਮੁੰਦਰਾਂ ਦਾ ਪਾਣੀ ਥੋੜ੍ਹਾ ਤਾਂ ਨਹੀਂ ਹੁੰਦਾ, ਅਤੇ ਜੇ ਲੱਖਾਂ ਸਮੁੰਦਰਾਂ ਦੇ ਪਾਣੀ ਦੀ ਸ਼ਾਹੀ ਬਣਾ ਕੇ ਗੁਰੂ ਦਾ ਜਸ ਲਿਖਣ ਲੱਗ ਜਾਏ ਤਾਂ ਲਿਖਿਆ ਨਹੀਂ ਜਾ ਸਕਦਾ। ਇੱਕ ਬਚਨ ਗੁਰੂ ਦਾ, ਇੱਕ ਬਚਨ ਕੋਈ ਆਪਣੇ ਹਿਰਦੇ 'ਚ ਵਸਾ ਲਵੇ ਤਾਂ ਜੀਵਨ ਨਿਹਾਲ ਹੋ ਜਾਏਗਾ ਸਤਸੰਗ ਜੀ। ਇਸ ਤੋਂ ਅੱਗੇ ਰੱਤੇ ਖੇੜੇ ਫਿਰ ਆਪਾਂ ਵਿਚਾਰ ਸ਼ੁਰੂ ਕਰਾਂਗੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਕੀਮਾਂ। ਬਹੁਤ ਸ਼ਰਧਾ, ਬੜੇ ਪ੍ਰੇਮ ਦਾ ਸਬੂਤ ਦਿੱਤਾ ਸੰਗਤ ਨੇ। ਗੁਰੂ ਕਿਰਪਾ ਕਰੇ, ਸੰਗਤਾਂ ਦੇ ਸਿਰ 'ਤੇ ਮਿਹਰ ਭਰੇ ਹੱਥ ਰੱਖੇ। ਜਿਹੜਾ ਵੀ ਗੁਰਸਿੱਖ ਮਾਈ ਭਾਈ ਨਿਤਨੇਮ ਕਰਦਾ, ਰੋਜ਼ ਅਰਦਾਸ ਕਰੇ ਮੋਰਚੇ ਦੀ ਫਤਿਹ ਵਾਸਤੇ। ਅਰਦਾਸ ਵਿੱਚ ਬੜੀ ਵੱਡੀ ਤਾਕਤ ਹੈ। ਗੜੇ ਜਹਾਜ਼ ਚੱਲ ਪੈਂਦੇ ਨੇ ਜਦੋਂ ਸਿੱਖ ਅਰਦਾਸ ਕਰਦਾ। ਹਰ ਗੁਰੂ ਘਰ ਦੇ ਵਿੱਚ ਅਰਦਾਸ ਹੋ ਰਹੀ ਹੈ, ਹਰ ਇੱਕ ਸਮਾਗਮ ਦੇ ਵਿੱਚ ਅਰਦਾਸ ਹੋ ਰਹੀ ਹੈ। ਅਤੇ ਦੂਜੀ ਬੇਨਤੀ ਹੈ, ਮਹਾਂਪੁਰਸ਼ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਸੇਵਾ ਨੂੰ ਸਮਰਪਿਤ ਕੀਤੀ ਹੈ। ਸਰੀਰ ਦਾ ਢਿੱਲਾ ਮੱਠਾ ਹੋ ਜਾਣਾ ਤਾਂ ਸੁਭਾਵਿਕ ਹੈ, ਅਤੇ ਸੰਗਤ ਨੇ ਅਰਦਾਸ ਕਰਨੀ ਹੈ ਕਿ ਐਸੇ ਮਹਾਂਪੁਰਸ਼ਾਂ ਨੂੰ ਦੇਹ ਰੋਗਤਾ ਤੰਦਰੁਸਤੀਆਂ ਬਖਸ਼ਣ, ਕਿ ਇਸੇ ਤਰ੍ਹਾਂ ਸਾਡੇ ਤੋਂ ਗੁਰੂ ਘਰ ਦੀ ਸੰਗਤ ਦੀ ਸੇਵਾ ਕਰਦੇ ਕਰਾਉਂਦੇ ਰਹਿਣ, ਸੇਵਾ ਪੰਥ ਦੀਆਂ ਚੱਲਦੀਆਂ ਰਹਿਣ। ਸੋ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ। ਆਨੰਦ ਸਾਹਿਬ ਦਾ ਪਾਠ 3 ਹਿੱਸਿਆਂ ਵਿੱਚ, ਫਿਰ ਅਰਦਾਸ, ਹੁਕਮਨਾਮਾ ਸਾਹਿਬ ਸਰਵਣ ਕਰਕੇ ਫਿਰ ਸੱਚੇ ਪਾਤਸ਼ਾਹ ਨੂੰ ਸਤਿਕਾਰ ਨਾਲ ਵਧਾਏਗੀ, ਫਿਰ ਗੁਰੂ ਕਾ ਲੰਗਰ ਛਕ ਕੇ ਜਾਣਾ ਜੀ। ਹੁਣ ਸਾਰੇ ਆਨੰਦ ਸਾਹਿਬ ਦੇ ਪਾਠ ਵਿੱਚ ਹਾਜ਼ਰੀਆਂ ਲਾਓ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਬਦੋ ਤਾਂ ਗਾਵੋ ਹਰੀ ਕੇ, ਰਾਮ ਮਨ ਜਿਨੀ ਵਸਾਇਆ।